हेलो न आ चक ले भाई आ चक भाई आ मेरा आ ले चल भाई आ बेगी हां जक्का मेरा यार जेड़े अपने पिंड दी जमीन है पंचायत वाली ओते आपा वॉलीबॉल दा ग्राउंड ना बना लिए तेरी ठीक है यार पर ओथे लखे दा कब्जा कीता होया है जमीन दा पंचायत दी है लखा की कर लूं ओ ता ठीक है यार पर लखा बदमाश बंदा है पलवाना की खाना खुरदे जाना है पूरा सत भरिया है की होया हां जी भाजी असी ना शाम लाड़ दी जमीन ते वॉलीबॉल दा ग्राउंड बनाने दी सोच रहे सी बहुत वधिया ख्याल है नाले पिंड दी जवानी किसे चंगे काम लग जू तुसी ऐं करो ओ छप्पड़ तो परे जेड़ी खाली था पई है ना उत्थे खेडो जाके पता ना शाम लड़ते मेरा कब्जा कित ऐ ना होवे ग्राउंड तो बन जे पर खेडन आले ना रहना क्यों हाँ नाले बुढ़े नू कह मजा लिया के बन्ने जुस्सा बड़ा ही माड़ा तेरा बाली बाल खेडिया नहीं जाना तू मुछा थले रख्या कर ਦੋਚੀ ਆਇਆ ਹੀ ਨਹੀਂ ਅੱਜ ਪਤਾ ਨਹੀਂ ਕਿੱਥੇ ਰਹਿ ਗਿਆ ਟੱਲੀਆਂ ਵਜਾਉਂਦਾ ਜਾਉਂ ਬਹਿ ਜਾ ਮੇਰੇ ਸਾਈਕਲ ਤੇ ਪਉ ਪਉ ਵਜਾਉਂਦਾ ਜਾਉਂ ਆ ਜਾਓ ਜੀ ਦੁੱਧ ਪਾ ਲਓ ਲਓ ਜੀ ਵੇ ਦੋਦੀਆ ਕਿਹੋ ਜਿਹਾ ਦੁੱਧ ਦੇਣ ਲੱਗ ਗਿਆ ਦੁੱਧਾਂ ਵਰਗਾ ਦੁੱਧਾਂ ਹੋਰ ਤੋਤੇ ਰੰਗਾ ਹੈ ਤੇਰਾ ਦੁੱਧ ਜਮਾ ਸੋਹਣਾ ਨਹੀਂ ਹੁੰਦਾ ਕੋਈ ਨਹੀਂ ਕੱਲ ਨੂੰ ਮੇਕਅਪ ਕਰ ਲਿਓ ਤੁਹਾਡੇ ਵਾਂਗੂ ਇਹ ਵੀ ਸੋਹਣਾ ਹੋ ਜੂ ਨਾ ਗੱਲ ਸੁਣ ਦੁੱਧ 'ਚ ਪਾਣੀ ਘੱਟ ਪਾਇਆ ਕਰ ਜਮਾ ਮਲਾਈ ਨਹੀਂ ਆਉਂਦੀ ਓ ਪਾਣੀ ਵਾਲਾ ਦੁੱਧ ਵੀ ਕਿਆ ਹਾਲ ਹੈ ਤੁਹਾਡਾ ਜੇ ਮਲਾਈਆਂ ਖਾਣ ਲੱਗੀ ਕੀ ਹਾਲ ਹੋਊ ਮੈਨਾਂ ਫਾਲਤੂ ਗੱਲ ਨਾ ਕਰ ਦੁੱਧ ਪਾਤਾ ਚੱਲਦਾ ਬਣ ਓ ਬੀਬਾ ਪੈਸੇ ਦੇ ਦਿਆ ਕਰੋ ਹਰੇਕ ਬਾਰੀ ਲੰਬਾਈ ਨਾ ਦਿਆ ਕਰੋ ਹਾਂ ਮਲਾਈਆਂ ਖਾ ਕੇ ਪਤਾ ਨਹੀਂ ਕਿਹੜੀ ਕੁਸ਼ਤੀ ਕਰਨੀ ਹੈ ਇਹਨੇ ਵੱਡੀ आ गया मेरा पुत्त बह जा पुत्त भुखा ते आया फिरदा रहना टाइम से रोटी ता खा लिया कर ओ कोई नहीं बेबे तू फिकर ना करया कर वीर जी पानी ए ए कथों लईया वीर जी ओ प्रीत ने दित्ती है ध्यान रखेदा ਇਹ ਹੱਥੋਂ ਨਿਕਲੀ ਜਾਂਦੀ ਆ ਪੁੱਤ ਮੇਰੀ ਤਾਂ 24 ਘੰਟੇ ਨਿਗਾਹ ਦੇ ਤੇ ਕਈ ਵਾਰੀ ਹੋ ਜਾਂਦੀ ਆ ਮਾੜੀ ਮੋਟੀ ਗੱਲ ਲੱਖੇ ਪੁੱਤ ਮੈਂ ਸੁਣਿਆ ਭਜਨ ਸਿੰਘ ਅੱਜ ਕੱਲ੍ਹ ਪਿੰਡ 'ਚ ਜ਼ਿਆਦਾ ਦਾਨੀ ਸੱਜਣ ਬਣਿਆ ਫਿਰਦਾ ਦਾਨੀ ਬਣ ਕੇ ਕਿਹੜਾ ਸਰਪੰਚ ਹੀ ਲੈ ਜੂ ਬਾਪੂ ਕਿਸੇ ਨੇ ਨਹੀਂ ਖੜਨਾ ਮੌਕੇ ਤੇ ਤੇਰੇ ਪੁੱਤ ਨੂੰ ਦੇਖ ਤਾਂ ਲੋਕਾਂ ਦੀਆਂ ਧੌਣਾਂ ਚੁੱਕ ਜਾਂਦੀਆਂ ਓਏ ਤੂੰ ਪੁੱਤ ਵੀ ਤਾਂ ਫਿਰ ਸਰਦਾਰਾ ਸਿੰਘ ਦਾ ਹੈ 40 ਕਿੱਲਿਆਂ ਦਾ ਮਾਲਕ ਹੈ 40 ਕਿੱਲਿਆਂ ਦਾ ਸਰਦਾਰਾ ਸਿੰਘ ਦੇ ਖੇਤ ਨਜ਼ਰ ਮਾਰੀਏ ਖੇਤ ਲਹਿਰਾਂ ਮਾਰਦੇ ਨੇ ਲਹਿਰਾਂ ਕਮਲਿਆ 40 ਕਿੱਲੇ ਨਹੀਂ 80 ਕਹਿ 80 ਉਹ ਚੱਲ 80 ਕਿੱਲੇ ਕਹਿ ਲਾ ਇਹ ਤਾਂ ਉਹ ਕਿਸਮਤ ਧੋਖਾ ਦੇ ਗਈ ਵਿਚਾਰੀ ਮਾਸੂਮ ਦੀ ਤੇ ਤੁਸੀਂ ਬਣ ਗਏ 40 ਕਿੱਲਿਆਂ ਦੇ ਮਾਲਕ ਵੱਡੇ ਸਰਦਾਰ ਸਾਲੇ ਕਿਵੇਂ ਆਕੜ ਆਕੜ ਕੇ ਤੁਰਦੇ ਨੇ ਜਿਵੇਂ ਧੌਣ 'ਚ ਕਿੱਲਾ ਅੜਿਆ ਹੁੰਦਾ ਬਾਪੂ ਜਿਵੇਂ ਇਹ ਲੋਕ ਗੱਲਾਂ ਕਰਦੇ ਨੇ ਵਿਚਾਰੀ ਕਮਲ ਤੇ ਕੀ ਬੀਤਦੀ ਹੋਏਗੀ ਉਸ ਵਿਚਾਰੀ ਦੇ ਤਾਂ ਸਾਰੇ ਦਿਲ ਦੇ ਅਰਮਾਨ ਦਿਲ 'ਚ ਹੀ ਰਹਿ ਜਾਣੇ ਆ ਧੀਏ ਕਦੇ ਕਿਸੇ ਧੀ ਧਿਆਣੀ ਦੇ ਸਿਰ ਤੋਂ ਮਾਂ ਬਾਪ ਦਾ ਸਾਇਆ ਨਾ ਉੱਠੇ ਇਹ ਲੋਕ ਨੇ ਜਿਹੜੇ ਲੋਕਾਂ ਤੋਂ ਖੋ ਖੋ ਕੇ ਖਾਂਦੇ ਨੇ ਇੱਕ ਉਹ ਲੋਕ ਵੀ ਨੇ ਜਿਹੜੇ ਹਮੇਸ਼ਾ ਦੂਜਿਆਂ ਦੀ ਮਦਦ ਕਰਦੇ ਨੇ
ਤੁਸੀਂ ਭਲਾ ਪਤਾ ਕੀਤਾ ਸੀ ਉਹ ਜਿਹੜਾ ਦੱਸਿਆ ਸੀ ਭੂਆ ਨੇ ਆਪਾਂ ਨੂੰ? ਹਾਂ ਮੈਂ ਉਹ ਆਖਿਆ ਤਾਂ ਹੈ ਕਿਸੇ ਨੂੰ। ਅੱਛਾ, ਉੱਥੋਂ ਦਾ ਸਰਪੰਚ ਮੇਰਾ ਵਾਕਫ ਆ, ਮੈਂ ਉਹਨੂੰ ਕਹਿਣਾ। ਰਾਣੋ ਪੁੱਤ ਤੂੰ ਜਾ, ਚੱਲ ਤੂੰ ਚਾਹ ਬਣਾ ਕੇ ਲਿਆ। ਮੰਮੀ ਕਰਦੀ ਤਾਂ ਹੈਗੀ ਸਾਰਾ ਕੰਮ। ਸ਼ਾਬਾਸ਼ ਸ਼ਾਬਾਸ਼ ਮੇਰਾ ਪੁੱਤ, ਚੱਲ ਹੈਂ। ਤੇ ਉਹ ਨਾ ਕੀ ਹੋਇਆ ਵੀ ਮੈਂ ਉਹਨੂੰ ਆਖਿਆ ਸਰਦਾਰ ਜੀ ਘਰ ਹੀ ਹੋ? ਓਏ ਆ ਰੁਲ ਦੂਗਾ। ਸਤਿ ਸ੍ਰੀ ਅਕਾਲ ਸਰਦਾਰ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਭਾਈ। ਓਏ ਨਾ ਨਾ ਪੁੰਜੀਏ ਕਿਵੇਂ ਨਾ, ਆ ਲੈ ਆ ਪੀੜੀ ਲੈ ਕੇ ਬਹਿ ਪੁੱਤ। ਹੋਰ ਸੁਣਾ ਰੁਲ ਦੂਗਾ, ਕੀ ਹਾਲ ਤੇਰੇ ਪਰਿਵਾਰ ਦਾ? ਹਾਲ ਤਾਂ ਠੀਕ ਹੈ ਸਰਦਾਰ, ਮੈਂ ਤਾਂ ਇੱਕ ਫਰਿਆਦ ਲੈ ਕੇ ਆਇਆ। ਹਾਂ ਹਾਂ, ਆਪਣੀ ਕੁੜੀ ਦਾ ਵਿਆਹ ਰੱਖਤਾ। ਇਹ ਤਾਂ ਬਾਹਲੀ ਚੰਗੀ ਗੱਲ ਰੁਲ ਦੂਗਾ, ਧੀਆਂ ਤਾਂ ਸਹੁਰੇ ਘਰ ਹੀ ਚੰਗੀਆਂ ਲੱਗਦੀਆਂ ਨੇ। ਉਹ ਤਾਂ ਗੱਲ ਠੀਕ ਹੈ ਜੀ, ਪਰ ਕੁੜੀ ਨੂੰ ਘਰੋਂ ਤੋਰਨ ਲਈ ਕੁਝ ਪੈਸੇ ਤਾਂ ਹੋਣੇ ਚਾਹੀਦੇ ਆ, ਤੇ ਮੇਰੇ ਕੋਲ ਤਾਂ ਕੁਝ ਵੀ ਨਹੀਂ ਹੈਗਾ। ਚੱਲ ਤੂੰ ਦਿਲ ਹੌਲਾ ਨਾ ਕਰ, ਸਭ ਕੁਝ ਠੀਕ ਹੋ ਜੂਗਾ। ਓ ਰਾਣੋ, ਆ ਲਿਆਈ ਪੁੱਤਰ ਪੈਸੇ? ਲਿਆਈ ਜੀ। ਰਾਣੋ ਲਿਆ ਪੁੱਤ ਪੈਸੇ, ਰਾਣੋ ਲਿਆ ਛੇਤੀ। ਇਹ ਤੇ ਬੜੀ ਖੁਸ਼ੀ ਵਾਲੀ ਗੱਲ ਆ। ਅਦੇ ਆ ਲੋ, ਲਿਆ ਆ ਲੈ ਬੇਟਾ। ਉਲਦੂਆ ਜਿਉਂਦਾ ਰਹਿ ਭਜਨ ਸਿੰਘ, ਜਿਉਂਦਾ ਰਹਿ। ਜੇ ਹੋਰ ਵੀ ਪੈਸਿਆਂ ਦੀ ਲੋੜ ਹੋਵੇ ਜਾਂ ਕਿਸੇ ਵੀ ਤਰ੍ਹਾਂ ਦੀ ਲੋੜ ਹੋਵੇ ਤਾਂ ਭਜਨ ਸਿੰਘ ਦੇ ਦਰਵਾਜ਼ੇ ਸਦਾ ਲਈ ਤੇਰੇ ਲਈ ਖੁੱਲੇ ਆ। ਪਰਮਾਤਮਾ ਤੈਨੂੰ ਸਦਾ ਚੜ੍ਹਦੀ ਕਲਾ ਚ ਰੱਖੇ, ਤੂੰ ਤਾਂ ਮੇਰੇ ਸਿਰ ਦਾ ਭਾਰ ਲਾ ਤਾ ਭਜਨ ਸਿੰਘ। ਚੰਗਾ ਚੰਗਾ ਜੀ। ਬੰਦਾ ਬੜਾ ਮਾਨਦਾਰ ਹੈ ਰੁਲਦੂ। ਸਹੀ ਗੱਲ ਆ, ਇਹੋ ਜਿਹੇ ਬੰਦੇ ਦੀ ਤਾਂ ਮਦਦ ਕਰਨੀ ਚਾਹੀਦੀ ਹੈ। ਬਿਲਕੁਲ, ਪਰਮਾਤਮਾ ਕਰਨ ਵਾਲਾ ਹੈ। ਅੱਜ ਆਪਣਾ ਜੀਤਾ ਪਤਾ ਨਹੀਂ ਕਿੱਥੇ ਕਿ ਆਏ ਨੇ ਹਜੇ ਤੱਕ। ਜਨਾਬ ਨੇ ਕਿੱਥੋਂ ਆਏ ਆ? ਉਹ ਕਾਨੂੰ ਜੀ, ਇਹਦਾ ਟਾਇਰ ਪੈਂਚਰ ਹੋ ਗਿਆ ਅੱਜ। ਤੇਰਾ ਜਿਹੜਾ ਚੌਥੇ ਕੁ ਦਿਨ ਟਾਇਰ ਪੈਂਚਰ ਹੁੰਦਾ ਨਾ, ਮੈਨੂੰ ਲੱਗਦਾ ਇਹਨੂੰ ਟੁੱਚ ਲਾਉਣਾ ਹੀ ਪੈਣਾ। ਆਪਣੀ ਇੱਜ਼ਤ ਆਪਣੇ ਹੱਥ ਚ ਹੁੰਦੀ ਆ। ਬਚ ਗਏ ਬਾਪੂ ਤੂੰ ਅੱਜ। ਭਾਜੀ ਜੇ ਆਖੇ ਤਾਂ ਮਾਰਾਂ ਸਾਲੇ ਦੇ ਚਾਰ। ਉਹ ਗੋਲੂ, ਜਵਾਕਾਂ ਤੇ ਗੋਲੀ ਨਹੀਂ ਚਲਾਈ ਦੀ, ਉਹ ਚਪੇੜਾ ਚਪੂੜਾ ਮਾਰ ਲਈ ਦੀਆਂ। ਠੀਕ ਆ ਬਾਈ, ਅਸੀਂ ਤਾਂ ਬਣਾਉਣ ਲੱਗੇ ਹਾਂ, ਹੁਣ ਤੂੰ ਚੱਲਦਾ ਬਣ। ਜੇ ਹੁਣ ਗਰਾਊਂਡ 'ਚ ਆਈ ਗਿਆ ਤਾਂ ਖੇਡ ਕੇ ਜਾਊਂਗਾ। ਚੱਲ ਨਿਕਲ। ਹਾਂ ਬਈ, ਹੋਰ ਕਿਹਨੇ ਕਿਹਨੇ ਖੇਡਣਾ? ਤੇਰੀ ਗਰਾਊਂਡ ਰਹੀ ਵਾਹ।
ना खड़ारी, तेनू क्या ही ना मुछा थले रख्या कर। गोलू कटो जीप। मित्रां दे ट्यूबवैल ते लीड़े धोण दे बहाने आ जानी, मित्रां दे ट्यूबवैल ते। ਕਿਵੇਂ ਨਿੰਮ? ਠੀਕ ਆ। ਮੈਂ ਤਾਂ ਭੌਂਪੂ ਵੀ ਹੌਲੀ ਵਜਾਉਣਾ, ਕਿਤੇ ਤੇਰਾ ਡੈਡੀ ਨਾ ਸੁਣ ਕੇ ਦੁੱਧ ਪੌਣ ਆ ਜੇ। ਜ਼ਿਆਦਾ ਗੱਲਾਂ ਨਾ ਕਰ, ਫਟਾਫਟ ਦੁੱਧ ਪਾ, ਕਿਤੇ ਮੇਰਾ ਡੈਡੀ ਆ ਜੇ। ਓ ਕੋਈ ਨਾ, ਪਹਿਲਾਂ ਤੇਰੇ ਦੁੱਧ ਵਰਗੇ ਦਰਸ਼ਨ ਤਾਂ ਕਰ ਲਾਂ। ਮੈਂ ਤਾਂ ਇਸ ਕਰਕੇ ਪੈਸੇ ਵੀ ਨਹੀਂ ਲੈਂਦਾ, ਤੇਰੇ ਦਰਸ਼ਨਾਂ ਵੱਟੀ ਦੁੱਧ ਪਾ ਜਾਂਦਾ। ਜੇ ਤੇਰੀਆਂ ਗੱਲਾਂ ਮੇਰੇ ਡੈਡੀ ਨੇ ਸੁਣ ਲਈਆਂ ਨਾ, ਤੈਨੂੰ ਭੱਜਣ ਨੂੰ ਥਾਂ ਨਹੀਂ ਮਿਲਣਾ, ਫੇਰ ਤੈਨੂੰ ਕਿਸੇ ਨੇ ਬੇਰਾਂ ਵੱਟੀ ਨਹੀਂ ਪਛਾਣਨਾ। ਗੱਲ ਸੁਣੋ ਦੋਜੀਆ, ਹਾਂਜੀ, ਦੁੱਧ ਪਾਣ ਚ ਇੰਨੀ ਦੇਰ ਕਿਉਂ ਲਾਤੀ? ਉਹ ਭਾਂਡਾ ਕਿੱਲਾ ਸੀਗਾ ਜੀ, ਉਸ ਘਰ ਆਏ ਸੀ। ਦੁੱਧ ਕਿਹੜਾ ਤੇਰਾ ਸੁੱਕਾ ਹੁੰਦਾ ਹੈ ਜਿਹੜਾ ਭਾਂਡਾ ਸੁਕਾ ਰਿਹਾ ਸੀ ਤੂੰ? ਫਿਰ ਤੁਸੀਂ ਕਹਿਣਾ ਸੀ ਵੀ ਦੁੱਧ ਖਰਾਬ ਹੋ ਗਿਆ ਜੀ। ਕਿਉਂ? ਭਾਂਡਾ ਲੱਸੀ ਨਾਲ ਧੋਇਆ ਹੋਇਆ, ਜਿਹੜਾ ਜਾਗ ਲੱਗ ਜੂ ਦੁੱਧ ਨੂੰ। ਹੈ ਲਿਆ ਕੁੜੀਏ ਫੜਾ ਪਤੀਲਾ, ਚੱਲ ਅੰਦਰ ਤੂੰ। ਚਾਚਾ ਤੇਰੇ ਨੀ ਪਤਾ ਲੱਗਦਾ, ਕਦੇ ਕਹਿਣਾ ਦੁੱਧ ਚ ਪਾਣੀ ਪਾਉਣਾ, ਕਦੇ ਕੁਛ ਕਦੇ ਕੁਛ। ਗੱਲ ਸੁਣ ਮੇਰੀ ਧਿਆਨ ਨਾਲ, ਤੂੰ ਦੁੱਧ ਤੱਕ ਹੀ ਸੀਮਿਤ ਰਿਹਾ ਕਰ, ਨਹੀਂ ਨਾਸਾ ਭੰਨ ਦੂ ਮੈਂ ਤੇਰੀਆਂ। ਹਾਂ ਜੇ ਭਾਂਡਿਆਂ ਤੱਕ ਪੁੱਜਿਆ ਤਾਂ, ਨਹੀਂ ਕਿਸੇ ਦਿਨ ਮੈਂ ਭਾਂਡੇ ਚ ਬਾਲ ਕੇ ਰੱਖ ਦੂ ਤੈਨੂੰ। ਉਹ ਚਾਚਾ ਮੈਂ ਤੈਨੂੰ ਦੁੱਧ ਪਾਈ ਜਾਣਾ, ਤੂੰ ਲਾਹਨ ਤਾਂ ਪਾਈ ਜਾਣਾ, ਵੈਸੇ ਵੀ ਜਿਹੜੇ ਬੰਦੇ ਕੋਲੇ ਜੋ ਚੀਜ਼ ਹੁੰਦੀ ਆ ਉਹੀ ਪਾਉਂਦਾ। ਮੈਂ ਪਤੀਲਾ ਮਾਰੂ ਘੁਮਾ ਕੇ ਮੱਥੇ ਤੇ। ਆ ਦੁੱਧ ਨਾ ਡੋਲੋ ਜੇ ਮੇਰੇ ਕੋਲੇ ਹੋਰ ਹੈ ਵੀ ਨਹੀਂ, ਫਿਰ ਮਾਰੂ ਚਾਹ ਹੀ ਪੀਓਗੇ। ਆਹੋ ਇਹ ਕਾਹਨੂੰ ਬਜਾਇਆ, ਉਹੀ ਬਚ ਗਿਆ ਸੀ। ਗੱਲ ਸੁਣੋ ਜੈਲਿਆ। ਹਾਂ? ਉਹ ਤੈਨੂੰ ਇੰਨੇ ਸੁਨੇਹੇ ਭੇਜੇ, ਤੂੰ ਪੈਸੇ ਦੇਣੀ ਆ? ਪੈਸੇ ਤਾਂ ਮੈਂ ਤੁਹਾਡੇ ਸਾਰੇ ਮੋੜ ਚੁੱਕਿਆ। ਸਾਨੂੰ ਨਹੀਂ ਪਤਾ, ਤੇਰੇ ਖਾਤੇ 'ਚ ਅੱਜ ਵੀ ਪੈਸੇ ਬੋਲਦੇ ਆ। ਪੈਸੇ ਦੇ ਜੀ ਤੇ ਟਰੈਕਟਰ ਲੈ ਜੀ, ਫੜੋ ਟਰੈਕਟਰ। ਉਹ ਕਹੇ ਤਾਂ ਬਾਈ ਮਾਰਾ ਖੂੰਡਾ, ਜੇ ਟਰੈਕਟਰ ਨੂੰ ਹੱਥ ਵੀ ਲਾਇਆ ਤਾਂ ਪਾੜ ਕੇ ਰੱਖ ਦੂੰਗਾ, ਟਰੈਕਟਰ ਕਿਸਾਨ ਦੀ ਸੱਜੀ ਬਾਂਹ ਹੁੰਦੀ ਆ। ਤੇਰਾ ਇੰਤਜ਼ਾਮ ਤਾਂ ਮੈਂ ਹੁਣੇ ਕਰਦਾ। ਹੈਲੋ ਡਿਪਟੀ ਸਾਹਿਬ, ਸਤਿ ਸ੍ਰੀ ਅਕਾਲ ਜੀ। ਇੱਕ ਬੰਦਾ ਸਾਡੇ ਪੈਸੇ ਨਹੀਂ ਦਿੰਦਾ। ਅੱਛਾ ਅੱਛਾ ਅੱਛਾ। ਉੱਤੋਂ ਸਾਨੂੰ ਉਲਟਾ ਮਾਰਨੇ ਨੂੰ ਆਂਦਾ। ਉਹ ਤੂੰ ਬੇਫਿਕਰ ਹੈ, ਮੈਂ ਨਾ ਕਿਸੇ ਕੈਮ ਜਿਹੇ ਬੰਦੇ ਦੀ ਲਾਉਣਾ ਡਿਊਟੀ, ਤੇਰਾ ਸ਼ਾਮ ਤੱਕ ਮਸਲਾ ਹੱਲ ਕਰ ਦਿਆਂਗੇ। ਇਹੀ ਆ ਸਰ ਪ੍ਰਧਾਨ ਦੇ ਬੰਦੇ, ਇਹਨਾਂ ਸਾਲਿਆਂ ਨੇ ਪਿੰਡ ਦੇ ਵਿੱਚ ਬਹੁਤ ਗੰਦ ਪਾਇਆ ਹੋਇਆ ਜੀ, ਭੋਲੇ ਭਾਲੇ ਲੋਕਾਂ ਨਾਲ ਇੰਨਾ ਧੱਕਾ ਕਰਦੇ ਆ ਕਿ ਇਹਨਾਂ ਦਾ ਹਿਸਾਬ ਕਿਤਾਬ ਵੀ ਕੋਈ ਨਹੀਂ ਜੀ। ਸਤਿ ਸ੍ਰੀ ਅਕਾਲ ਜਨਾਬ। ਸਤਿ ਸ੍ਰੀ ਅਕਾਲ। ਇਹ ਉਹੀ ਬੰਦਾ ਜੋ ਸਾਡੇ ਪੈਸੇ ਨਹੀਂ ਦਿੰਦਾ, ਉੱਤੋਂ ਸਾਨੂੰ ਉਲਟਾ ਕਹੀ ਨਾ ਮਾਰਨੇ ਨੂੰ ਆਉਂਦਾ। ਜਨਾਬ ਪੈਸੇ ਤਾਂ ਮੈਂ ਇਹਨਾਂ ਦੇ ਸਾਰੇ ਮੋੜ ਚੁੱਕਿਆ, ਉਲਟਾ ਮੇਰਾ ਟਰੈਕਟਰ ਖੋਲਣ ਨੂੰ ਆਉਂਦੇ ਆ। ਹੁਣ ਪਤਾ ਲੱਗੂ ਜਦੋਂ ਪਈਆਂ। ਜਨਾਬ ਮੈਂ ਤਾਂ ਮਾੜਾ ਬੰਦਾ ਜੀ, ਇਹ ਮੇਰਾ ਟਰੈਕਟਰ ਖੋਲਣ ਨੂੰ ਆਉਂਦੇ ਆ। ਜਨਾਬ ਇਹ ਕੀ ਕਰੀ ਜਾਂਦੇ ਹੋ? ਮੈਂ ਤੁਹਾਨੂੰ ਫੋਨ ਕੀਤਾ ਸੀ। ਅੱਛਾ, ਮੈਂ ਨਾਜਰ ਦਾ ਬੰਦਾ। ਅੱਛਾ ਅੱਛਾ, ਤੂੰ ਨਾਜਰ ਦਾ ਬੰਦਾ ਜੀ? ਤੇਰੇ ਨਾਜਰ ਦੀ ਐਸੀ ਦਿੱਤ ਐਸੀ, ਸਾਡਾ ਨਾਂ ਬਦਨਾਮ ਕਰਦੇ ਆ ਹਰ ਥਾਂ ਤੇ। ਤੂੰ ਸਾਲਿਆ ਮੁੱਛਾਂ ਭੁਣਦੇ ਸਿੰਘਾਂ ਨੂੰ ਕੀਤੀਆਂ ਖੁੰਡਾ ਘਰ ਨੂੰ ਚੱਕਿਆ ਹੋਇਆ? ਇਹ ਤਾਂ ਜਨਾਬ ਸ਼ੌਂਕ ਨੂੰ ਆ ਜੀ ਮੇਰੇ ਕੋਲ ਸਾਲਾ ਸ਼ੌਂਕ ਦਾ। ਫੜ ਜਾ ਤੁਹਾਡੀ, ਭੱਜ ਜਾ। ਕਿਉਂ ਖੁਸ਼ ਆ ਹੁਣ? ਬਹੁਤ ਬਹੁਤ ਧੰਨਵਾਦ ਜੀ, ਅਸੀਂ ਤਾਂ ਸੁਣਿਆ ਸੀ ਪੁਲਿਸ ਤਗੜਿਆਂ ਦਾ ਸਾਥ ਦਿੰਦੀ ਹੈ, ਪਰ ਤੁਸੀਂ ਤਾਂ ਮੇਰੇ ਵਾਸਤੇ ਰੱਬ ਬਣ ਕੇ ਬੋੜੇ ਹੋ। ਬਹੁਤ ਬਹੁਤ ਧੰਨਵਾਦ ਜੀ। ਓਏ ਪਤੰਦਰਾ, ਰੱਬ ਦਾ ਨਾਂ ਦੇ ਕੇ ਮੇਰੇ ਫਰਜ਼ਾਂ ਨੂੰ ਨੀਵਾਂ ਨਾ ਕਰ, ਇਹ ਵਰਦੀ ਨਾ ਮੈਂ ਲੋਕਾਂ ਦੀ ਸੇਵਾ ਲਈ ਪਾਈ ਆ, ਤੇ ਸੱਚੇ ਆਦਮੀਆਂ ਦੀ ਸੇਵਾ ਮੈਂ ਹਮੇਸ਼ਾ ਕਰਦਾ ਹੁੰਦਾ। ਖੁਸ਼ ਰਹੀ। ਸਤਿ ਸ੍ਰੀ ਅਕਾਲ ਜੀ। ਟੱਲੀ ਰਾਮ ਖੂਨ ਦੇ ਕੇ? ਨਹੀਂ ਜਨਾਬ। ਕੀ? ਨਹੀਂ ਜੀ, ਇਹੀ ਤਾਂ ਕੋਈ ਗੱਲਬਾਤ ਹੀ ਨਹੀਂ ਜੀ। ਟੈਨਸ਼ਨ, ਜਦੋਂ ਮੈਂ ਦਫ਼ਤਰ ਆਵਾਂ ਨਾ ਪਹਿਲਾਂ ਨਾ ਮਿੱਟੀ ਕੱਢਿਆ ਕਰ। ਠੀਕ ਹੈ ਜਨਾਬ, ਕੱਢੂਗਾ ਮਿੱਟੀ, ਕੱਢੂਗਾ ਤੇਰੇ ਮਾਰਨ ਤੋਂ ਬਾਅਦ, ਪੈਰਾਂ ਨਾਲ ਨਹੀਂ ਬੁੱਕਾਂ ਨਾਲ ਮਿੱਟੀ ਕੱਢੂਗਾ, ਬੁੱਕਾਂ ਨਾਲ। ਅਸੀਂ ਤੇ ਭੱਜ ਗਏ ਜੀ ਉੱਥੋਂ। ਕੀ ਆਖਿਆ? ਉਸ ਥਾਣੇਦਾਰ ਨੇ ਸਾਨੂੰ ਮਾਰਿਆ। ਉਹਨੇ ਤੁਹਾਨੂੰ ਮਾਰਿਆ? ਹਾਂਜੀ,
उस थानेदार की इन्नी हिम्मत कि मेरे बंदे हथ चक सके। असी तो आख्या सी असी नाजर दे बंदे हाँ, पर उन्हें एक नहीं सुनी साड़ी। तुसी फिक्र ना करो, उस थानेदार की इस हिम्मत नूं मैं चंगी तरह मिट्टी च मिलाउण जाणदा। हुण देखो मैं की करदा हां। डैडी जी, अज तां उहने अपने बंदिआं दे मूंह ते थप्पड़ मारिआ, कल नूं इह ना होवे उह थप्पड़ अपने मूंह ते वजे। पक्का इलाज करो कोई, पक्का। चुप करो, लगदा पक्के इलाज दा। हेलो डिप्टी साहब, थोड़े हुंदियां उस थानेदार दी इन्नी हिम्मत कि मेरे बंदियां ते हाथ चक सके, उसनू मेरी ताकत बारे दस दे, नहीं तो मैं वर्दी लौन लग्या एक मिनट मारना है। ओ तैनू मैं किन्नी वारी कहा सी ओए नलायका, ओ पुठे पंगे ना लिया करो, ना लिया कर, पर तू ओए तू ता फिर भी नहीं मनदा। भाई मैनू सारा पता मैं की करना है ते की नहीं करना। कमाल है, मैं ता समझ नहीं आउंदी। हां भाई सलूट मार दिया जनाब। ओ कैवा टल्ली रामा, मैं पूरा खड़कदा है। शाबाशी आ ले फड़ फिर तू, शाम नु मिल के आना मैं। ठीक है, पया मैनू किथे फड़ा के, ता कोई गल नहीं। सुखविंदर सिंह तेन भेजा की काम से यार, तू करके की आया है? तू भाग सिंह नु राउंड अप करके क्यों नहीं लिया? सर गलती भाग सिंह दी नहीं, गुजर दे बंदियां दी सी, ते मैं भाग सिंह नु एवें ठाणे किवें लै आउंदा? तू कौन हुन्ना फैसला करन वाला, भी गलती कीदी है? गलत ते ठीक दा फैसला मैं करना है, नाले तेन पता गुजर किन्नी पहुंच वाला बंदा है, तेरी ते मेरी वर्दी कदों मर्जी लहा सकदा है। सर तुहाडी वर्दी इन्हां लीडरां दे हत्थ च होवेगी, मेरी वर्दी ओह वाहिगुरू दे हत्थ च आ। अगर सही काम लई मेरी वर्दी उतर गई ना, तां मैनूं कोई अफसोस नहीं होएगा। मगा लो जनाब, मैं तां उहदा संभाली बैठा है, भारा ही बाबा है। ठीक है, मगा जनाब इह तां भला मानस बंदा है, मगा रब दा दित्ता इहदे कोल सब कुछ है। मैं तुहानूं दस्सां, मगा 30 किल्लिआं दा मालक है। ਇਹ ਤਾਂ ਵਰਦੀ ਇਹਨੇ ਭਲਾਈ ਦੇ ਕੰਮਾਂ ਵਾਸਤੇ ਪਾਈ ਆ। ਮੈਂ ਤੁਹਾਨੂੰ ਦੱਸਾਂ, ਆਏ ਹੋਏ ਜੇ ਕਿਤੇ ਮੇਰੇ ਕੋਲ ਹੁੰਦਾ 1.5-2 ਕਿੱਲੇ, ਮੈਂ ਸਵਾਦ ਆ ਜਾਂਦਾ। ਨਹੀਂ ਗੱਲ ਹੈ ਇੱਕ, ਸ਼ਟ ਅਪ, ਗੈਟ ਆਊਟ, ਬਾਹਰ ਚੱਲ। ਦੁੱਧ ਦਾ ਗਲਾਸ ਫੜਾਉਂਦੀ ਦਾਨੀ ਹੱਥ ਕੁੱਟ ਲਿਆ ਜੇਠ ਨੇ, ਦੁੱਧ ਦਾ ਗਲਾਸ ਫੜਾਉਂਦੀ ਦਾਨੀ ਹੱਥ ਕੁੱਟ ਲਿਆ ਜੇਠ ਨੇ। ਓ ਮੱਖਣ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਇੱਕ ਮਿੰਟ ਰੁਕ ਰੁਕ, ਸਤਿ ਸ਼੍ਰੀ ਅਕਾਲ। ਉਹ ਨਿੰਮੋ ਕਹਿੰਦੀ ਸੀ ਤੇਰੇ ਦੁੱਧ ਦੇ ਸਾਡੇ ਵੱਲ ਹੋ ਗਏ ਆ 2,500 ਰੁਪਏ। ਆ 2,000 ਰੱਖ ਲੈ, 500 ਅਗਲੇ ਮਹੀਨੇ ਲੈ ਲਈ। ਨਹੀਂ ਚਾਚਾ, ਤੁਸੀਂ ਐ ਕਰੋ, ਮੇਰੇ ਵੱਲੋਂ ਨਿੰਮੋ ਨੂੰ ਕੱਪੜੇ ਸਵਾ ਦਿਓ। ਕਿਉਂ, ਤੂੰ ਫੁੱਫੜ ਲੱਗਦਾ ਨਿੰਮੋ ਦਾ ਜਿਹੜਾ ਕੱਪੜੇ ਸਵਾ ਕੇ ਦੇਗਾ? ਰੱਖ ਆਪਣੇ ਪੈਸੇ, ਲੱਗਦਾ ਤੁਹਾਡੇ ਘਰ ਦਾ ਪ੍ਰਾਹੁਣਾ ਹੀ ਹੈ। ਹਾਂ ਕੁਛ ਨਹੀਂ ਜੀ, ਤੁਸੀਂ ਰੱਖੋ ਜੀ, ਐ ਕਰਿਓ ਤੁਸੀਂ ਕੁਛ ਖਾ ਪੀ ਲਿਓ ਜੀ ਆਪ। ਉਹ ਗੱਲ ਸੁਣੋ ਏ ਦੋਜੀਆ, ਮੇਰਾ ਨਾਂ ਹੀ ਸਾਧੂ ਹੈ, ਮੈਂ ਊ ਸਾਧੂ ਨਹੀਂ ਹੈ ਜਿਹੜਾ ਮੁਫਤ ਖਾਂਦਾ ਫੇਰਾ। ਆਪਣੇ ਪੈਸੇ ਫੜ ਤੂੰ। ਚਲੋ ਐ ਕਰੋ ਜੀ, ਫਿਰ 101 ਰੁਪਇਆ ਦੇ ਦੋ। ਮੈਂ ਦੁੱਧ ਦੇ ਪੈਸੇ ਦੇਣੇ ਹੈ, ਕੋਈ ਸ਼ਗਨ ਨਹੀਂ ਪਾਣਾ। ਚਲੋ ਫਿਰ 2 ਮਹੀਨੇ ਠਹਿਰ ਕੇ ਸਹੀ ਪਾਉਂਗੇ ਤਾਂ ਸ਼ਗਨ ਹੀ ਮੈਨੂੰ। ਖਰਚਾ ਤੇਰੀ, ਖਰਚਾ ਹੁਣ ਜਾਈ ਨਾ, ਖਰਚਾ ਹੱਥ ਨਹੀਂ ਛੱਡਦਾ। ਇਹ ਹੈ ਜੀ ਸਾਡੀ ਲਾਟੋ ਰਾਣੀ। ਅੱਛਾ ਜੀ, ਭਤੀਜੀ ਹੈ ਜੀ ਮੇਰੀ। ਕਾਲ ਕਰੋ, ਕਮਲ ਨੂੰ ਅਸੀਂ ਆਪਣੀ ਧੀ ਬਣਾ ਕੇ ਰੱਖਾਂਗੇ। ਸਾਡਾ ਮੁੰਡਾ ਵੀ 10 ਜਮਾਤਾਂ ਪਾਸ ਹੈ ਜੀ, ਬਾਕੀ ਸਾਡੇ ਬਾਰੇ ਜਿੱਥੇ ਮਰਜ਼ੀ ਪੜਤਾਲ ਕਰਵਾ ਲਓ। ਲੱਖੇ ਕੀ ਬਣਿਆ ਲੰਬੜਾ ਦੇ ਮੁੰਡੇ ਦਾ? ਉਹ ਜਾਨੋ ਮਾਰ ਕੇ ਟਾਂਟਾ ਖਤਮ ਕਰ ਉਹਦਾ, ਬਾਕੀ ਮੈਂ ਆਪੇ ਸਾਂਭ ਲੂ। ਉਹ ਮਾਰ ਤਾਂ ਦਿੱਤੀ ਉਹਦੇ ਪੱਟ 'ਚ ਗੋਲੀ, ਹੁਣ ਮੈਂ ਕਿਸੇ ਦਾ ਜਵਾਨ ਜਹਾਨ ਮੁੰਡਾ ਜਾਨੋ ਮਾਰਦਾ, ਘਰ ਬਰਬਾਦ ਕਰਦਾ ਉਹਦਾ? ਵਾਹਿਗੁਰੂ ਤਾਂ ਦੇਖਦਾ ਹੀ ਆ ਨਾ। ਦੇਖੋ ਜੀ, ਮੈਂ ਆਪਣੀ ਭੈਣ ਨੂੰ ਨਾ
ਤੱਤੀ ਹਵਾ ਨਹੀਂ ਲੱਗਣ ਦਿੱਤੀ। ਹਰ ਦਿਨ ਰਾਤ ਉਹਦਾ ਖਿਆਲ ਰੱਖਿਆ। ਜੇ ਉਹਨੂੰ ਝਰੀਟ ਵੀ ਆ ਗਈ ਨਾ, ਮੈਂ ਪੂਰੇ ਪਿੰਡ ਨੂੰ ਅੱਗ ਲਾ ਦੂੰਗਾ। ਬੇਬੇ ਕਰ ਰਿਸ਼ਤਾ ਪੱਕਾ। ਭੈਣ ਜੀ ਆ ਚਾਹ ਦਾ ਘੁੱਟ ਤਾਂ ਲਓ। ਨਹੀਂ ਭੈਣ ਜੀ ਫੜੋ ਤਾਂ ਸਹੀ। ਆ ਘੱਟੋ ਘੱਟ ਮੂੰਹ ਤਾਂ ਮਿੱਠਾ ਕਰੋ ਜੀ, ਲੱਡੂ ਤਾਂ ਖਾਓ। ਚੰਗੇ ਸਤਿ ਸ੍ਰੀ ਅਕਾਲ। ਘਰੇ ਜਾ ਕੇ ਰਹਿ ਕਰਕੇ ਦੱਸਾਂਗੇ। ਜਲਦੀ ਦੱਸਿਓ ਜੀ। ਆ ਜਾਤੀ ਹੈ, ਬੈਠ। ਕਮਲ ਤੂੰ ਇੱਥੇ ਕਿਵੇਂ, ਤੇਰੇ ਗਾਲਾਂ ਨਹੀਂ ਪੈਣਗੀਆਂ? ਨਹੀਂ ਅੱਜ ਉਹ ਸਾਰੇ ਘਰ ਤੋਂ ਬਾਹਰ ਗਏ ਨੇ। ਹੁਣ ਫੇਰ ਮੋੜ ਤੇ ਰਿਸ਼ਤਾ ਕਰਨ ਆਏ ਬੰਦੇ ਡਰਾ ਧਮਕਾ ਕੇ। ਧੀਏ ਤੇਰਾ ਦੁੱਖ ਤਾਂ ਸਾਨੂੰ ਵੀ ਬਹੁਤ ਆ, ਪਰ ਕੀ ਕਰੀਏ, ਸਾਡੇ ਬਸ ਦੀ ਗੱਲ ਨਹੀਂ। ਬਾਪੂ ਇਸ ਵਿਚਾਰੀ ਦੀ ਤਾਂ ਸਾਰੀ ਜ਼ਿੰਦਗੀ ਨਰਕ ਵਿੱਚ ਨਿਕਲ ਜਾਊਗੀ। ਉਹ ਰੱਬ ਦਿਓ ਬੰਦਿਓ, ਕੁਛ ਤਾਂ ਡਰ ਮੰਨੋ ਉਸ ਰੱਬ ਦਾ। ਇਹੋ ਜਿਹੀ ਜ਼ਿੰਦਗੀ ਨਾਲ ਤਾਂ ਚੰਗਾ ਸੀ ਮੈਂ ਆਪਣੇ ਮਾਂ ਬਾਪ ਨਾਲ ਹੀ ਖਤਮ ਹੋ ਜਾਂਦੀ। ਨਾ ਕਮਲ ਨਾ, ਚੁੱਪ ਕਰ। ਜਦੋਂ ਸੂਰਜ ਚੜ੍ਹਦਾ ਹੈ ਨਾ ਤਾਂ ਹਨੇਰੀਆਂ ਰਾਤਾਂ ਵਿੱਚ ਵੀ ਚਾਨਣ ਹੋ ਜਾਂਦਾ। ਦੇਖੀ ਕੋਈ ਰੱਬ ਦਾ ਬੰਦਾ ਜ਼ਰੂਰ ਆ ਕੇ ਤੈਨੂੰ ਇਸ ਨਰਕ ਵਿੱਚੋਂ ਕੱਢੇਗਾ। ਮੇਰਾ ਰਸਤਾ ਛੱਡ ਦਿਓ ਨਹੀਂ ਤਾਂ ਤੁਹਾਡੀ ਸ਼ਿਕਾਇਤ ਕਰ ਦੂੰਗੀ। ਜੋ ਮਰਜ਼ੀ ਕਰ ਲੈ, ਤੇਰੀ ਮਦਦ ਲਈ ਇੱਥੇ ਕਿਸੇ ਨੇ ਨਹੀਂ ਆਉਣਾ। ਤੇਰੇ ਵਰਗੀ ਸੋਚ ਸਾਰੇ ਨੌਜਵਾਨਾਂ ਦੀ ਹੋ ਜਾਵੇ ਤਾਂ ਪੰਜਾਬ ਸਵਰਗ ਬਣ ਜਾਏ। ਹਾਂ ਦੱਸੋ ਕਿਵੇਂ ਆਏ ਪੁੱਤ ਤੁਸੀਂ? ਮਾਈ ਦੇ ਰੋਜ਼ ਰੋਜ਼ ਦੇ ਝਗੜੇ, ਅੱਜ ਫੇਰ ਲੜਿਆ ਕਿਸੇ ਨਾਲ ਬਿਨਾਂ ਮਤਲਬ। ਹੁਣ ਕੀ ਕੀਤਾ ਮਾਹੀ ਨੇ? ਆਂਟੀ ਉਹ ਕੋਈ ਨਾ, ਉਹਨੂੰ ਆਉਣ ਦਿਓ, ਮੈਂ ਕਰਦੀ ਹਾਂ ਗੱਲ। ਉਹ ਹਾਂਜੀ ਬਾਈ ਜੀ, ਕਿਉਂ ਕੱਟ ਕੀਤਾ ਇੱਥੇ? ਜਾਓ ਯਾਰ ਆਪਣੇ ਘਰੇ ਕੰਮ ਕਾਰ ਕਰਿਆ ਕਰੋ ਕੋਈ। ਦੱਸ ਵੇਲੇ ਉਹ ਮਾਤਾ, ਤੂੰ ਵੀ ਇਹਨਾਂ ਦੀਆਂ ਗੱਲਾਂ 'ਚ ਆ ਜਾਣੀ ਆ। ਇੱਧਰ ਆ, ਇੱਧਰ ਆ, ਬੈਠ ਇੱਥੇ। ਕੀ ਕਹਿੰਦੇ ਸੀ ਇਹ? ਇਹਨਾਂ ਨੇ ਕੀ ਕਹਿਣਾ, ਤੇਰੇ ਰੋਜ਼ ਦੇ ਲੜਾਈ ਝਗੜੇ ਜੱਬ ਪਾਉਂਦੇ ਆ। ਮਾਤਾ ਮੈਂ ਅੱਜ ਤੱਕ ਬਿਨਾਂ ਕਿਸੇ ਗੱਲ ਦੇ ਲੜੇ ਹਾਂ? ਤੁਸੀਂ ਦੱਸ, ਜੇ ਕੋਈ ਕਿਸੇ ਗਰੀਬ ਦੀ ਧੀ ਦੀ ਇੱਜ਼ਤ ਨੂੰ ਹੱਥ ਪਾਉਂਦਾ ਹੋਵੇ ਤਾਂ ਉਹਨੂੰ ਸਿੱਧਾ ਕਰਨਾ ਕੋਈ ਮਾੜੀ ਗੱਲ ਹੈ? ਪੁੱਤ ਮਾਹੀ, ਪਹਿਲਾਂ ਤੇਰਾ ਬਾਪ ਦਰਦ ਵੰਡਾਉਂਦਾ ਇਸ ਜੱਗ ਤੋਂ ਚਲਾ ਗਿਆ, ਹੁਣ ਜੇ ਕੱਲ ਨੂੰ ਤੈਨੂੰ ਕੁਝ ਹੋ ਗਿਆ ਤੇ ਕਦੀ ਸੋਚਿਆ ਤੇਰੀ ਮਾਂ ਦਾ ਕੀ ਹਾਲ ਹੋਣਾ? ਉਹ ਕੁਛ ਨਹੀਂ ਹੁੰਦਾ ਮੈਨੂੰ, ਜਿਹਦੇ ਸਿਰ ਤੇ ਤੇਰੇ ਵਰਗੀ ਮਾਂ ਦਾ ਹੱਥ ਹੋਵੇ ਉਹਨੂੰ ਕਦੇ ਕੁਛ ਨਹੀਂ ਹੋ ਸਕਦਾ। ਤੂੰ ਨਾ ਐ ਸੂਤ ਨਹੀਂ ਆਉਣਾ, ਤੇਰਾ ਕਰਦੀਆਂ ਵਿਆਹ ਤੇ ਤੇਰੀਆਂ ਲੱਤਾਂ ਨੂੰ ਪਾਉਣੀਆਂ ਸੰਗਲ। ਮਾਤਾ ਸੰਗਲ ਪਾਊ ਹੁਣ? ਕਿਹਦੇ ਸੰਗਲ ਪਾਈ ਜਾਂਦੀ ਆ ਆਂਟੀ? ਸਤਿ ਸ਼੍ਰੀ ਅਕਾਲ ਪੁੱਤ, ਕੀ ਹਾਲ ਹੈ ਤੇਰਾ? ਠੀਕ ਹੈ ਠੀਕ ਹੈ, ਕਿਵੇਂ ਆ? ਕਿਵੇਂ ਸਿਹਤਾਂ? ਉਹ ਕੀ ਗੱਲ ਹੋ ਗਈ ਆਂਟੀ, ਕਿਹਦੇ ਸੰਗਲ ਲਾਈ ਜਾਂਦੀ ਹੈ? ਕੋਈ ਪੁੱਛ ਪੁੱਛ ਰੱਖ ਲਿਆ? ਤੇਰੇ ਯਾਰ ਦੇ ਸੰਗਲ ਪੈ ਜੂ, ਆਪੇ ਟਿਕ ਜੂ। ਉਹ ਕਾਹਨੂੰ ਸਾਡੀ ਰੰਬ ਵਰਗੀ ਆਂਟੀ ਨੂੰ ਤੂੰ ਤੰਗ ਕਰਦਾ ਯਾਰ? ਉਹ ਯਾਰ ਮੈਂ ਕਾਹਨੂੰ ਤੰਗ ਕਰਦਾ, ਕਿਸੇ ਚੰਗੇ ਕੰਮ ਲਈ ਵੀ ਖੜੇ ਹੋ ਜਾਓ ਨਾ, ਲੋਕ ਤਾਂ ਵੀ ਲਾਂਬਾ ਲੈ ਕੇ ਘਰੇ ਆ ਜਾਂਦੇ ਆ। ਪੁੱਤ ਜੀਤੇ ਇਹਨੇ ਕੋਈ ਨਾ ਕੋਈ ਪੰਗਾ ਖੜਾ ਕਰੀ ਰੱਖਣਾ, ਤੂੰ ਐਂ ਕਰ ਇਹਨੂੰ ਆਪਦੇ ਨਾਲ ਪਿੰਡ ਲੈ ਜਾ। ਉਹ ਤੂੰ ਐਂ ਕਰ ਮਾਹੀ, ਖਿੱਚ ਤਿਆਰੀ ਮਿੱਤਰਾ, ਕਰ ਆਪਦੇ ਕੱਪੜੇ ਲੀੜੇ ਪੈਕ ਤੇ ਆਪਾਂ ਚੱਲੀਏ ਪਿੰਡ ਨੂੰ, ਦਿਖਾਉਣਾ ਤੈਨੂੰ ਪਿੰਡ ਦੇ ਨਜ਼ਾਰੇ ਮਿੱਤਰਾ। ਚੱਲਦੀਆਂ ਮੋਟਰਾਂ ਲਵਾਂਗੇ ਨਜ਼ਾਰੇ, ਬੋਲਦੀਆਂ ਚਿੜੀਆਂ ਸਵੇਰੇ ਸਵੇਰੇ, ਪੈਂਦਾ ਮੁਟਿਆਰਾਂ ਦਾ ਗਿੱਧਾ, ਦੇਖ ਕੇ ਰੂਹ ਖੁਸ਼ ਹੋ ਜਾਂਦੀ ਹੈ।
वे मैं अंबरा तो आवा थापे मार दी तू का तो छतरी नी तणदा मेनू हीर हीर कहंदियां सहेलियां तू क्यों नी मेरा रांझा बनदा अंबरा तो आवा थापे मार दी तू का तो छतरी नी तणदा मेनू हीर हीर कहंदियां सहेलियां तू क्यों नी मेरा रांझा बनदा यारा बिना किसे दा नी फोन चकदे मखियाल वर्गा आए दिन इना पिछे अड़ी जाने कुड़ी चिड़ी आले चक्कर च पैंदे नी यारी सरदारी बस करी जाने कुड़ी चिड़ी आले चक्कर च पैंदे नी यारी सरदारी बस करी जाने करारी हुंदी मिर्चा तो हेंडनी बौन लगे टकुआ नाल होंदे बिलो बिंदनी जट्टां दी करारी हुंदी मिर्चा तो हेंडनी इसे लई तां अखियां लड़ाइयां नी यारा पिछे दुद्ध वांगू कड़ी जाने कुड़ी चिड़ी आले चक्करां च पैंदे नी यारी सरदारी बस करी जाने कुड़ी चिड़ी आले चक्करां च पैंदे नी यारी सरदारी बस करी जाने ਆਹ ਦੇਖੋ ਇਹ ਕਿੰਨੀ ਸੋਹਣੀ ਕੁੜੀ ਤੁਰੀ ਆਉਂਦੀ ਹੈ ਚੱਲ ਕਰਦੇ ਹਾਂ ਉਹਦੇ ਨਾਲ ਗੱਲ ਦਿਮਾਗ ਤਾਂ ਟਿਕਾਣਾ ਤੇਰਾ ਕਿਉਂ ਛਿੱਤਰਾਂ ਨੂੰ ਥਾਂ ਕਰੀ ਜਾਣਾ ਚੱਲ ਸਿੱਧਾ ਪਿੰਡ ਉਹ ਚੱਲ ਗੱਲ ਕਰਦੇ ਹਾਂ ਉਹ ਕਿਉਂ ਤੂੰ ਛਿੱਤਰਾਂ ਨੂੰ ਥਾਂ ਕਰਾਈ ਜਾਣਾ ਚੱਲ ਰੁਕ ਜਾ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਆ ਸਾਡੇ ਵਾਲਾ ਬੰਦਾ ਤੁਹਾਡੇ ਨਾਲ ਗੱਲ ਕਰਨ ਨੂੰ ਕਹਿੰਦਾ ਹਾਂ ਦੱਸੋ ਕੀ ਗੱਲ ਕਰਨੀ ਹੈ ਮੈਂ ਕੀ ਗੱਲ ਕਰਨੀ ਹੈ ਮੈਂ ਤਾਂ ਜਾਣਦਾ ਵੀ ਨਹੀਂ ਇਹਨਾਂ ਨੂੰ ਮੈਂ ਤਾਂ ਪਿੰਡ ਵੀ ਪਹਿਲੀ ਵਾਰ ਆਇਆ ਜੀ ਅੱਜ ਠਹਿਰੋ ਮੈਂ ਦੱਸਦੀ ਹਾਂ ਤੁਹਾਨੂੰ ਕੀ ਗੱਲ ਕਰਨੀ ਹੈ ਕਰ ਲਾ ਗੱਲ ਹੁਣ ਮੈਂ ਜੀਤੇ ਦੀ ਦੋਸਤ ਹਾਂ ਅਕਸਰ ਤੁਹਾਡੇ ਬਾਰੇ ਜ਼ਿਕਰ ਕਰਿਆ ਕਰਦਾ ਓ ਅੱਛਾ ਅੱਛਾ ਠੀਕ ਹੈ ਜੀ ਕੰਮ ਲਈਓ ਤੁਸੀਂ ਦੋਵੇਂ ਸੱਚੀ ਉਹ ਤੂੰ ਤਾਂ ਸਾਈ ਚਾੜਤੇ ਸੀ ਯਾਰ ਅੱਛਾ ਇਹ ਹੈ ਤੇਰਾ 440 ਵੋਲਟ ਦਾ ਝਟਕਾ ਹੈ ਇਹ ਹੀ ਆਪਣੀ ਬਿਜਲੀ ਬਾਈ ਚੱਲ ਚੱਲੀਏ ਚੱਲ ਠੀਕ ਹੈ ਭਰਾਵਾ ਤੂੰ ਆਸ਼ਿਕ ਮਾਰੇਗੀ ਫਿਰ ਦੀ ਖੁੰਬ ਵਾਂਗ ਨਿਖਰੀ ਨੀ ਕਹਿਰ ਗੁਜ਼ਾਰੇਗੀ ਉਹ ਕਿਵੇਂ ਅੱਜ ਕੱਲੀਏ ਗੇੜੀਆਂ ਮਾਰਦੀ ਫਿਰਦੀ ਹੈ ਤੂੰ ਵੀ ਤਾਂ ਕੱਲਾ ਹੀ ਫਿਰਦਾ ਲੱਗਦਾ ਦੁੱਧ ਦਾ ਕੰਮ ਛੱਡਤਾ ਅੱਜ ਤਾਂ ਢੋਲ ਵੀ ਨਹੀਂ ਹੈਗੇ ਤੇਰੇ ਕੋਲੇ ਓਏ ਯਾਰ ਹੁਣ ਤਾਂ ਢੱਡੀ ਢੋਲ ਵਰਗੇ ਨੇ ਉਹ ਨਾਲੇ ਦੋਧੀਆਂ ਨੂੰ ਹੋਰ ਕੰਮ ਨਹੀਂ ਹੋ ਸਕਦਾ ਕੋਈ ਹੈ ਅੱਜ ਤਾਂ ਮੈਂ ਫੇਰਾ ਪਾਉਣ ਆਇਆ ਫੇਰੇ ਹੀ ਪਾਈ ਜਾਏਗਾ ਕਿ ਫੇਰੇ ਵੀ ਲਏਗਾ ਓਏ ਲੈ ਲਾਂਗੇ ਫੇਰੇ ਵੀ ਜਿਹੜਾ ਇਹ ਚੋਰੀ ਛੁਪੇ ਮਿਲਣ ਦਾ ਸਵਾਦ ਆ ਨਾ ਉਹ ਵੱਖਰਾ ਹੀ ਹੁੰਦਾ ਪਰ ਕਦੋਂ ਤੱਕ ਮਿਲਦੇ ਰਵਾਂਗੇ ਤੂੰ ਬਸ ਕੁਛ ਕਰ ਕਰਨ ਨੂੰ ਹੁਣ ਗਿੱਟੇ ਤੇ ਖੁਰਕ ਕਰ ਲਾਂ ਮੈਂ ਤੈਨੂੰ ਮਜ਼ਾਕ ਸੁਝਦੇ ਆ ਜਦੋਂ ਮੇਰੇ ਡੈਡੀ ਨੇ ਮੈਨੂੰ ਕਿਤੇ ਹੋਰ ਵਿਆਹ ਕੇ ਤੋਰਤਾ ਨਾ ਫਿਰ ਕੰਧਾਂ 'ਚ ਸਿਰ ਦੇ ਕੇ ਰੋਏਗਾ ਮੇਰੇ ਡੈਡੀ ਨਾਲ ਛੇਤੀ ਛੇਤੀ ਗੱਲ ਕਰ ਬਸ ਮੈਨੂੰ ਲੱਗਦਾ ਤੂੰ ਖੁਰਕ ਕਹਿ ਦੀ ਆਪਦੇ ਡੈਡੀ ਤੋਂ ਗਿੱਟੇ ਸ਼ਿੰਗਾਏਂਗੀ ਮੇਰੇ ਚਲੋ ਕੋਈ ਨਹੀਂ ਇਹ ਵੀ ਕੌੜਾ ਕੁੱਟ ਭਰਨਾ ਹੀ ਪਊ ਠੀਕ ਹੈ ਚੰਗਾ ਹੁਣ ਪਿੱਛੇ ਚਲਾ ਕੇ ਜਾਊਂਗਾ ਮੈਂ ਫਿਰ ਦੀਆਂ ਖੁੰਭ ਵਾਂਗ ਨਿਕਰੀ ਨੀ ਖੈ ਗੁਜ਼ਾਰੇਂਗੀ ਆਲੋ ਨੀ ਕੁੜੀਓ ਖੀਰ ਲੈ ਕੇ ਆਈ ਤੁਹਾਡੇ ਵਾਸਤੇ ਠੰਡੀ ਠੰਡੀ ਖਾ ਲਓ ਖਾ ਲੈ ਨਹੀਂ ਆਂਟੀ ਮੈਂ ਨਹੀਂ ਖਾਣੀ ਮੈਨੂੰ ਭੁੱਖ ਨਹੀਂ ਹੈਗੀ ਕੋਈ ਨਾ ਪੁੱਤ ਖਾ ਲਾ ਬੜੀ ਸਵਾਦ ਬਣੀ ਹੈ ਖਾ ਲਾ ਜਦ ਨਖਰੇ ਨਾ ਕਰ ਨੀ ਆਂਟੀ ਸਾਰਾ ਕੰਮ ਤਾਂ ਤੁਸੀਂ ਕਰਦੇ ਪਏ ਹੋ ਥੋੜਾ ਕੰਮ ਇਤੋਂ ਵੀ ਕਰਾ ਲਿਆ ਕਰੋ ਨਾਲੇ ਇਹਦੇ ਵਿਆਹ ਤੋਂ ਬਾਅਦ ਤਾਂ ਸਾਰਾ ਕੰਮ ਤੁਸੀਂ ਕਰਨਾ ਹੈ ਕੋਈ ਗੱਲ ਨਹੀਂ ਧੀਏ ਸੌਰੀ ਜਾ ਕੇ ਤੇ ਇੰਨੇ ਹੀ ਕਰਨਾ ਸਾਰਾ ਤੂੰ ਨਾ ਆਪਣੀ ਸਿਆਣਪ ਆਪਣੇ ਕੋਲ ਰੱਖ ਮੇਰੀ ਮਾਂ ਨੂੰ ਚੱਕਣਾ ਨਾ ਦੇ ਅੱਛਾ ਜੀ ਜਦੋਂ ਕੰਮ ਨੂੰ ਕਹਿ ਦੋ ਤਾਂ ਤੈਨੂੰ ਬੁਰਾ ਲੱਗਦਾ ਹੈ ਸਾਰਾ ਦਿਨ ਤਾਂ ਤੂੰ ਟੀਵੀ ਦੇਖਦੀ ਰਹਿੰਦੀ ਹੈ
ओदो पता लगू जदो सोरे कर जाके ना सस ने तेरे डंडे मारे। खड़ जा कमल, तेन ता मैं दस दिया पता। ओ, मेरी सस ता जदो मेनू मारूगी तेन ता हुणे पता दस दिया। खड़ जरा, हुण कित्ते भजदी है। बच के कमल, तू तो जीप दे हेठिया चली सी। गलती हो गई, माफ कर दियो। लगता राणी ना लड़के ही लगती है। ਰਾਣੋ ਪੁੱਤ, ਕੀ ਗੱਲ ਰੌਲਾ ਆ, ਕਾਹ ਤੋਂ ਪਾਇਆ? ਉਹ ਮਾਹੀ ਵੀਰ ਆਇਆ ਜੀਤੇ ਵੀਰ ਨਾਲ ਸ਼ਹਿਰੋਂ। ਅੱਛਾ, ਕੋਈ ਨਾ, ਉਹਨੂੰ ਅੰਦਰ ਤਾਂ ਆਣ ਦੇ ਪੁੱਤ। ਆ ਗਏ ਜੀ, ਆ ਗਏ। ਸਤਿ ਸ੍ਰੀ ਅਕਾਲ ਅੰਕਲ ਜੀ। ਸਤਿ ਸ੍ਰੀ ਅਕਾਲ ਪੁੱਤ। ਬੇਬੇ ਸਤਿ ਸ੍ਰੀ ਅਕਾਲ ਮਾਤਾ। ਸਤਿ ਸ੍ਰੀ ਅਕਾਲ ਵੀਰ। ਸਤਿ ਸ੍ਰੀ ਅਕਾਲ। ਤੂੰ ਤਾਂ ਸ਼ਹਿਰ ਜਾ ਕੇ ਦਿਲ ਹੀ ਲਾ ਲਿਆ। ਉਹ ਦਿਲ ਤਾਂ ਰਾਣੀ ਘਰ ਪਰਿਵਾਰ ਚ ਲੱਗਦਾ, ਖੱਲੇ ਬੰਦੇ ਦਾ ਕਦੇ ਦਿਲ ਲੱਗਿਆ? ਮਾਹੀ ਪੁੱਤ, ਕਿਤੇ ਸ਼ਹਿਰ ਜਾ ਕੇ ਉਹਨਾਂ ਸ਼ਹਿਰੀਆਂ ਵਰਗਾ ਤਾਂ ਨਹੀਂ ਬਣ ਗਿਆ ਜਿਹੜੇ ਮਾਪਿਆਂ ਦੀ ਕਮਾਈ ਨੂੰ ਨਸ਼ਿਆਂ ਚ ਰੋੜ ਦਿੰਦੇ ਆ। ਅੰਕਲ ਜੀ, ਤੁਹਾਡਾ ਪੁੱਤ ਤੁਹਾਡਾ ਕਦੇ ਸਿਰ ਨੀਵਾਂ ਨਹੀਂ ਹੋਣ ਦਿੰਦਾ। ਬੇਸ਼ੱਕ ਮੈਂ ਸ਼ਹਿਰ ਚਲਾ ਗਿਆ, ਪਰ ਮੇਰਾ ਦਿਲ ਤੇ ਖੂਨ ਤਾਂ ਦੋਵੇਂ ਪਿੰਡੂ ਹੀ ਨੇ। ਉਹ ਬਾਪੂ ਯਾਰ, ਤੁਸੀਂ ਵੀ ਆਉਣ ਸਾਰੀ ਸ਼ੁਰੂ ਹੋ ਜਾਂਦੇ ਆ। ਉਹ ਮਾਤਾ, ਚੱਲਦੇ ਕੁਛ ਖਾਣ ਪੀਣ ਨੂੰ। ਆ ਤੁਸੀਂ ਚੰਗੇ ਹੋ, ਐਵੇਂ ਜਵਾਕਾਂ ਨੂੰ ਲੈਕਚਰ ਦੇਈ ਜਾਂਦੇ ਹੋ, ਕੁਛ ਖਾਣ ਪੀਣ ਨੂੰ ਤਾਂ ਦੇ ਦਿਓ ਉਹਨਾਂ ਨੂੰ। ਲਓ, ਕਰ ਲਓ ਘਿਓ ਨੂੰ ਪਾਂਡਾ, ਉਹ ਖਾਣ ਪੀਣ ਦਾ ਮੰਤਰੀ ਅਸੀਂ ਤੈਨੂੰ ਬਣਾਇਆ ਹੈ ਤੇ ਦਰਖਾਸਤਾਂ ਸਾਡੇ ਅੱਗੇ ਰੱਖੀ ਜਾਂਦੀ ਹੈ। ਚੱਲੋ ਯਾਰ ਅੰਦਰ। ਆਓ ਪੁੱਤ। ਚਲੋ ਪੁੱਤ, ਆਓ ਅੰਦਰ। ਤੁਸੀਂ ਵੀ ਹੱਥ ਦਿਓ ਬਸ। ਓ ਕਿਵੇਂ ਨਿੰਮੋ ਰਾਣੀਏ, ਅੱਜ ਤਾਂ ਬੜੀ ਦੁੱਧ ਵਾਂਗੂ ਨਿਕਰੀ ਫਿਰਦੀਆਂ ਹੈ। ਵੇ ਦੋਜੀ ਆ, ਕਦੇ ਤਾਂ ਦੁੱਧ ਤੋਂ ਬਾਹਰ ਆ, ਕਦੇ ਮੇਰਾ ਡੈਡੀ ਤੈਨੂੰ ਦੁੱਧ ਚ ਪਾ ਕੇ ਰਿੜਕ ਦੂ। ਫੇਰ ਕੀ ਹੋ ਗਿਆ, ਮੱਖਣ ਨਿਕਲੇ ਉਸਗਾ ਖਾ ਲਿਆ ਕਰੀ, ਅੰਦਰ ਹੀ ਬੋਲੂ ਤੇਰੇ। ਇੱਧਰ ਨੇੜੇ ਤਾਂ ਹੋ ਜਾ, ਦੋ ਪਿਆਰ ਦੀਆਂ ਗੱਲਾਂ ਤਾਂ ਕਰ ਲੈ ਮੇਰੇ ਨਾਲ। ਪਿਆਰ ਦੀਆਂ ਗੱਲਾਂ ਕਰਨ ਨੂੰ ਤਾਂ ਮੇਰਾ ਵੀ ਬਹੁਤ ਜੀ ਕਰਦਾ, ਪਰ ਹੁਣ ਤੂੰ ਜਾ। ਕਿਉਂ? 11 ਵਜ ਗਏ, ਮੇਰੇ ਡੈਡੀ ਆਉਣ ਵਾਲੇ ਨੇ। ਤੇਰਾ ਡੈਡੀ ਆ ਕਿ ਮਿੰਨੀ ਬੱਸ ਆ ਜਿਹੜਾ ਟਾਈਮ ਤੇ ਆਉਂਦਾ? ਮਿੰਨੀ ਬੱਸ ਦਾ ਤਾਂ ਮੈਨੂੰ ਪਤਾ ਨਹੀਂ, ਜੇ ਮੇਰੇ ਡੈਡੀ ਨੇ ਤੇਰੇ ਕੰਨ ਤੇ ਵਜਾਈਆਂ ਨਾ ਤੇਰੀ ਬੱਸ ਹੋ ਜੂ। ਜਾ। ਸਤਿ ਸ੍ਰੀ ਅਕਾਲ ਜੀ, ਪੈਰੀ ਪੈਣਾ ਜੀ। ਲੱਗਦਾ ਪੈਰੀ ਪੈਂਦੇ ਦਾ, ਤੈਨੂੰ ਕਿੰਨੀ ਵਾਰ ਸਮਝਾਇਆ ਬਈ ਤੂੰ ਬਾਹਰ ਹੀ ਰਿਹਾ ਕਰ ਦਰਵਾਜੇ ਤੋਂ, ਅੰਦਰ ਨਾ ਵੜਿਆ ਕਰ, ਨਾ ਇਸ ਵੇਲੇ ਦੁੱਧ ਪਾਉਣ ਦਾ ਟਾਈਮ ਹੈ। ਅੱਜ ਦੁੱਧ ਪਾਉਣ ਨਹੀਂ ਆਇਆ ਜੀ, ਅੱਜ ਤਾਂ ਰਿਸ਼ਤੇਦਾਰੀ ਪਾਉਣ ਆਇਆ ਜੀ। ਹਾਂਜੀ, ਅਜੇ ਫਿਰ ਮੈਨੂੰ ਪੱਕਾ ਪਤਾ ਸੀ ਬਈ ਮੇਰਾ ਅੜਿਆ ਗੱਡਾ ਤੂੰ ਹੀ ਕੱਢੇਗਾ। ਮੈਂ ਤਾਂ ਗੁੱਡੀ ਵੀ ਕੱਢਣ ਨੂੰ ਫਿਰਦਾ ਜੀ। ਹਾਂਜੀ, ਕੁਛ ਨੀ ਜੀ। ਅੱਛਾ ਦੱਸ, ਉਹ ਜਿਹੜੀ ਕੁੜੀ ਤੂੰ ਮੇਰੇ ਵਾਸਤੇ ਦੇਖ ਰਿਹਾ ਉਹ ਫਿੱਟ ਹੈ? ਮੈਂ ਤੁਹਾਡੀ ਨੀ ਜੀ, ਆਪਣੇ ਰਿਸ਼ਤੇ ਦੀ ਗੱਲ ਕਰਨਾ ਆ। ਆਪਣੇ ਰਿਸ਼ਤੇ ਦੀ ਗੱਲ ਕਰਨਾ ਆ ਤਾਂ ਆਪਣੇ ਘਰ ਕਰ, ਇੱਥੇ ਕੀ ਕਰਨਾ ਗਿਆ ਤੂੰ? ਨਹੀਂ ਜੀ, ਮੈਂ ਆਪਣੇ ਵੱਲੋਂ ਤੁਹਾਡੇ ਰਿਸ਼ਤੇ ਦੀ ਗੱਲ ਕਰਨਾ ਆਇਆ ਜੀ। ਅੱਛਾ ਅੱਛਾ, ਇੱਕ ਗੱਲ ਤਾਂ ਦੱਸ ਮੱਖਣਾ। ਹਾਂਜੀ। ਕੁੜੀ ਦੀ ਉਮਰ ਕੀ ਹੈ? 38 ਜੀ। ਮੈਂ ਉਮਰ ਪੁੱਛੀ ਹੈ, ਕਮਰ ਨਹੀਂ ਪੁੱਛੀ। ਉਮਰ ਤਾਂ 38 ਹੈ ਜੀ, ਕਮਰ 48 ਹੈ। ਪਰ ਕਿੰਨਾ ਕੁੜੀ ਦਾ? ਤੁਸੀਂ ਤੋਲ ਕੇ ਰਿਸ਼ਤਾ ਕਰਦੇ ਹੋ ਜੀ? ਨਹੀਂ, ਇਹ ਵੀ ਤਾਂ ਦੇਖਣਾ ਹੁੰਦਾ ਬਈ ਮੇਰੀ ਸਾਈਕਲ ਚੱਲੇਗੀ ਉਹ ਤਾਂ ਪਾਰ ਕੇ ਨਹੀਂ। ਕੋਈ ਨਾ ਜੀ, ਇੱਕ ਜਣਾ ਚੜ੍ਹ ਜਾ ਕਰੋ ਜੀ। ਅੱਛਾ ਅੱਛਾ, ਇੱਕ ਗੱਲ ਦੱਸ। ਹਾਂਜੀ। ਕੁੜੀ ਵਿਆਹੀ ਤਾਂ ਨਹੀਂ ਹੋਈ ਪਹਿਲਾਂ? ਨਾ ਜੀ, ਕਿੱਥੇ, ਬਸ ਦੋ ਤਿੰਨ ਵਾਰੀ ਭੱਜੀ ਆ ਕਿਸੇ ਦੇ ਨਾਲ। ਫਿਰ ਮੁੜੀ ਕਿਵੇਂ? ਬਾਜੀ ਜਿਹੜਾ ਲੈ ਕੇ ਜਾਂਦਾ ਸੀ ਉਹੀ ਹੱਥ ਜੋੜ ਕੇ ਛੱਡ ਜਾਂਦਾ ਸੀਗਾ। ਫਿਰ ਮੇਰੇ ਵੱਲੋਂ ਵੀ ਹੱਥ ਜੋੜੇ ਦੇਖ ਲੈ, ਤੂੰ ਹੁਣ ਇੱਥੋਂ ਨਿਕਲ ਜਾ, ਮੇਰੀ ਤਾਂ ਸਾਰੀ ਉਮਰ ਛੱਡ ਛਡਾਈ ਦੇ ਵਿੱਚ ਹੀ ਨਿਕਲ ਜਾਊਂਗੀ। ਹੈ, ਜੇ ਕੋਈ ਚੱਜ ਦਾ ਰਿਸ਼ਤਾ ਮਿਲਿਆ ਤਾਂ ਹੀ ਇੱਥੇ, ਨਹੀਂ ਚੱਲ ਦਫਾ ਹੋ ਇੱਥੋਂ। ਪਸੰਦ ਨਹੀਂ ਆਈ ਜੀ? ਪਸੰਦ? ਮੈਂ ਮਾਰੂ ਜੁੱਤੀਆਂ ਤੇਰੇ। ਉਹ ਤੇਰਾ ਲਿਖ ਦੂ ਸਫੈਦਿਆਂ ਤੇ ਨਾ, ਬਿੱਲੋ ਨੀ ਚੀਟੀ ਰੋੜ ਦੇ ਉੱਤੇ। ਵੇ ਵੱਡਿਆ ਸਰਦੂਰ ਸਿਕੰਦਰਾ,
क्यों सारा दिन कसाई जांदा रहना इनू ना केड़ी मेम ने मिल जाना तू दस मेनू जमा आही गल आंटी जी जेडी तुसी कही है देखो तो सही किवें कपड़ा मार मार के रंग लाउन लगता है ओ भाई मैं किसी भी मेम नु नहीं मिलन जाना मैं तो खेत चलिया मोटर चलाउन चल फिर मैं भी चलदा तेरे नाल ओ नहीं 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 तू उत्थे की करेगा यार कच्ची पही है दो जणियां नु इने खिचणा नहीं अच्छा अच्छा ये दो नु नहीं खिचदा और ओए ता चार नु खिच लू छोटे अरगा दा मोटरसाइकिल है ओ तो समझिया कर एदे पिछले टायर च हवा भी घट है समझ गया चल जा तू हवा भरा ली मैनू पता बैठना दो नहीं है जान दे यार आ देख लो ए सुनता किसी दी भला लाइट थी शाम नू 4 बजे आनी है ये 12 बजे तुर पया है होर की इन्हें पता नहीं केड़ी मोटर चलानी है ओ अंकल जी पिंडा च लाइट अख मटका करदी हो रहंदी है अज बिजली वाले ने छेती छड़ती होनी है पर देख लो एक गल दा पक्का टाइम ते मोटर चलानी नहीं भुलदा छुट्टी का बहाना ला के मिलन आनी है पर मैं रोज बिजली का बहाना मार के तेन मिलन आना अच्छा और बिजली का बहाना मार के आंदे हो ते मैं छुट्टी का यार तू मैनू एक गल दस भाई छुट्टी दा बहाना मार मार आपां कदों तक मिलदे रहांगे पता कदों तक कदों तक जदों तक तुसी व्याह करा के सेहरा बन के मैनू फुल्लां वाली कार च लै के नहीं जांदे ओ फुल्ल तां मैं कदों दा चक्के फिरदा साली कोई कार ही नहीं मिलदी अच्छा ते आ कदे वास्ते रखिया फिर ओए राह च पंचर हो जांदा पतंदर तुहाडे वरगे ही है जमा पर हुण मजाक छड्डो पहलां दसो हुण सच्ची सच्ची कदों आओगे व्याह लई अच्छा फिर ये गल है तां चल हुण फिर तू खिच तैयारी हुण जट तैनू फुल्लां वाली कार ते लेके जाऊ पक्का पक्का ठीक है एवें मरी जाना यार तू तां एवें कानू मरी जाना तैनू एवें लगदा है डोलू जिहा एडा वड्डा पतीला दुद्ध फड़ा के आया उधर लै आ गया चल पछू जी ने उम्र भोग के मरू बुलाइए इहनू स्वाद लैणे आ ला इहनू ओ दोजी गल सुणी हां की गल दोजी तो दुद्ध पौणा ना होर केड़ा खीर पौनी यही दुध ही पौना ते थों भांडा तो है नहीं दुध गीजे च पवा के लेके जाएगा तू भी पतंदरा गल्लां च किसे नूं वारे नहीं आउण देंदा ओ इश्क चैन ने नहीं होईदा घाटा पै जांदा मैं सुणिया कल उधर दुध वध पा के आया तू ओ फिर की हो गया मैं तो 2 किलो दुध ही वध पाया थोड़े वर्गे इस काम च जमीना फूक देंदे ने ओए साडा कुछ नहीं जाना तू मांजा जाना ओ सगो मेरा कुछ नहीं जाना तुसी मांजे जाओगे ओ मैं तो दुध पानी पा के भी पूरा कर लूं तुसी मिट्टी दी ट्रालियां पा के पूरी करोगे जमीन ओ नाले तेरा तो पता ही है मैनूं ਜਿਹੜਾ ਬਿਜਲੀ ਦੀਆਂ ਨੰਗੀਆਂ ਤਾਰਾਂ ਨੂੰ ਹੱਥ ਲਾਉਣ ਨੂੰ ਫਿਰਦਾ ਨਾ ਤੂੰ ਉਹ ਬਿਜਲੀ ਲਿਸ਼ਕਦੀ ਹੈ ਚੰਗੀ ਲੱਗਦੀ ਹੈ ਜਿੱਦੇ ਉੱਤੇ ਡਿੱਗ ਪਈ ਨਾ ਥਾਂ ਹੀ ਝੁਲਸਾ ਜਾਏਗਾ ਹੋਰ ਲੈ ਪੰਗਾ ਇਹਦੇ ਨਾਲ ਜਾ ਬਾਬਾ ਤੂੰ ਦੁੱਧ ਪਾਇਆ ਉਹ ਬਾਬਾ ਨਹੀਂ ਚਾਚਾ ਲੱਗਦਾ ਤੇਰਾ ਯਾਦ ਰੱਖਿਆ ਕਰ ਲੈ ਲੈ ਸਵਾਦ ਵੀਰੇ ਕਿਹੜੀਆਂ ਸੋਚਾਂ ਚ ਡੁੱਬਾ ਕੋਈ ਗੱਲਬਾਤ ਸੁਣਾ ਗੱਲ ਕੀ ਸੁਣਾਵਾਂ ਰਾਣੀ ਹੂੰ ਉਹ ਕੁੜੀ ਕੌਣ ਸੀ ਜਿਹੜੀ ਸਾਡੀ ਜੀਪ ਚ ਵੱਜੀ ਸੀ ਤੂੰ ਕੀ ਲੈਣਾ ਉਸ ਕੁੜੀ ਤੋਂ ਲੈ ਪਤਾ ਕੀ ਕਹਿੰਦੀ ਅੰਨਾ ਹੋਇਆ ਤੇ ਤੂੰ ਦੇਖ ਕੇ ਜੀਪ ਨਹੀਂ ਚਲਾ ਹੁੰਦੀ ਪਰ ਵੀਰੇ ਜੀਪ ਤਾਂ ਜਿੱਤਾ ਵੀਰਾ ਚਲਾ ਰਿਹਾ ਸੀ ਉਹ ਆਹੀ ਤਾਂ ਮੈਂ ਕਹਿਣਾ ਜੀਪ ਉਹ ਚਲਾ ਰਿਹਾ ਸੀ ਗੁੱਸਾ ਮੇਰੇ ਤੇ ਕੱਢ ਗਈ ਵੀਰੇ ਤੂੰ ਐਵੇਂ ਬੁਝਾਰਤਾਂ ਜਿਹਾ ਨਾ ਪਾ ਉਹ ਸਿੱਧੀ ਸਾਦੀ ਕੁੜੀ ਹੈ ਕੋਈ ਉਹੋ ਜਿਹੀ ਕੁੜੀ ਨਹੀਂ ਹੈ ਉਹ ਸਿੱਧੀ ਸਾਦੀ ਉਹ ਨਹੀਂ ਸਿੱਧੀ ਸਾਦੀ ਤੂੰ ਹੈ ਜਿਹੜਾ ਤੂੰ ਉਸ ਕੁੜੀ ਬਾਰੇ ਜਾਣਦੀ ਨਹੀਂ ਚੱਲ ਜੇ ਤੂੰ ਕਹਿਣੀ ਹੈ ਵੀ ਉਹ ਸਿੱਧੀ ਸਾਦੀ ਕੁੜੀ ਹੈ ਫੇਰ ਮੈਨੂੰ ਪਹਿਲਾਂ ਮਿਲਾ ਅੱਛਾ ਹਾਂ ਚੱਲ ਫੇਰ ਮਿਲਾਵਾਂ ਕੁੜੇ ਲਿਆ ਪਾਣੀ ਦਾ ਘੁੱਟ ਆ ਮੱਛੜਾ ਮੇਰੇ ਮੂੰਹ ਚ ਫਸ ਗਿਆ ਤਾਈ ਘਰੇ ਹੀ ਹੈ ਨਹੀਂ ਹੋਈ ਕਰਦੀ ਹੈ ਦੀਦਾ ਨਹੀਂ ਧਿਆਨ ਕਿੱਥੇ ਤੇਰਾ ਸੁਣਦੀ ਹੈ ਮੈਂ ਕਿੱਥੇ ਮਰ ਗਈ ਸੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪੁੱਤ ਸਤਿ ਸ਼੍ਰੀ ਅਕਾਲ ਜੀ ਆ ਬੈਠ ਮੇਰੇ ਮੂਹਰੇ ਕੀ ਬੈਠੀ ਹੈ ਜਾ ਪਾਣੀ ਦਾ ਗਲਾਸ ਲਿਆ ਕੋਈ ਆਇਆ ਦਿੰਦਾ ਨਹੀਂ ਤੈਨੂੰ
ਪੁੱਤ ਦਿਮਾਗ ਮੋਟਾ ਇਹਦਾ, ਬਥੇਰਾ ਸਮਝਾਉਣੀ ਆ, ਭੋਰਾ ਅਸਰ ਨਹੀਂ ਹੁੰਦਾ। ਤਾਈ ਇਹ ਮੇਰੇ ਜੀਤੇ ਵੀਰੇ ਦਾ ਦੋਸਤ ਸ਼ਹਿਰੋਂ ਆਇਆ। ਕਿਹੜਾ ਪਿੰਡ ਹੈ? ਚੰਡੀਗੜ੍ਹ ਜੀ। ਚੰਡੀਗੜ੍ਹ ਨੀ ਕਮਲ ਹੈ, ਕਿੱਥੇ ਮਰ ਗਈ? ਚਾਹ ਲਿਆ ਹੁਣ? ਹੈ ਨੀ ਕਿਸੇ ਕੰਮ ਦੀ। ਹੋਰ ਪੁੱਤ ਵਿਆਹ ਕਰਾਉਣ ਆਇਆ? ਹਾਂ ਵਿਆਹ ਵੀ ਜ਼ਰੂਰ ਕਰਾਵਾਂਗੇ ਜੀ, ਜੇ ਕੋਈ ਚੰਗੀ ਕੁੜੀ ਮਿਲੀ ਤਾਂ। ਸੱਚੀ ਗੱਲ ਹੈ, ਨੀ ਫੜ ਲਿਆ ਹੁਣ? ਲੈ ਪੁੱਤ ਚਾਹ ਪੀਓ। ਲੈ ਧੀਏ। ਚੰਗਾ ਜੀ। ਚੰਗਾ ਤਾਈ ਅਸੀਂ ਚੱਲਦੇ ਆ। ਚੰਗਾ ਪੁੱਤ, ਅਕਲ ਮੋਟੀ ਆ। ਸੋਰੀ ਜੀ, ਮੇਰਾ ਤੁਹਾਡੇ ਘਰੇ ਆਉਣ ਕਰਕੇ ਤੁਹਾਨੂੰ ਝਿੜਕਾਂ ਪੈ ਗਈਆਂ। ਤੁਹਾਡੀ ਕੋਈ ਗਲਤੀ ਨਹੀਂ ਹੈ ਜੀ, ਇਹ ਤਾਂ ਮੇਰੇ ਨਾਲ ਰੋਜ਼ ਹੀ ਹੁੰਦਾ ਹੈ। ਆਂਟੀ ਜੀ, ਕਮਲ ਦੇ ਘਰ ਦੇ ਉਹਦੇ ਨਾਲ ਇੰਨਾ ਮਾੜਾ ਵਰਤਾਅ ਕਿਉਂ ਕਰਦੇ ਨੇ? ਕਮਲ ਦੀ ਮਾਂ ਨੇ ਮੇਰੇ ਸਾਹਮਣੇ ਉਹਦੇ ਥੱਪੜ ਮਾਰਿਆ। ਪੁੱਤ, ਲੋਕਾਂ ਨੇ ਆਪਣੇ ਪਿੱਛੇ ਕਈ ਦੀਵਾਰਾਂ ਖੜੀਆਂ ਕੀਤੀਆਂ ਹੋਈਆਂ ਨੇ, ਜ਼ਮੀਨ ਤੇ ਤੇ ਪੈਸੇ ਦੇ ਲਾਲਚ ਨੇ ਨਾ ਰਿਸ਼ਤੇ ਖਤਮ ਕਰਤੇ। ਮੈਂ ਸਮਝਿਆ ਨਹੀਂ ਮਾਹੀ ਪੁੱਤ। ਕਮਲ ਜਦੋਂ ਛੋਟੀ ਹੁੰਦੀ ਸੀ ਨਾ, ਇਹਦੇ ਮਾਪਿਆਂ ਦੀ ਇੱਕ ਸੜਕ ਹਾਦਸੇ 'ਚ ਮੌਤ ਹੋ ਗਈ। ਬਸ ਉਸ ਦਿਨ ਤੋਂ ਵਿਚਾਰੀ ਦੇ ਪੁੱਠੇ ਦਿਨ ਸ਼ੁਰੂ ਹੋ ਗਏ। ਇਹਨਾਂ ਨੇ ਉਹਦੇ ਹੱਥੋਂ ਕਿਤਾਬਾਂ ਖਿੱਚ ਖੋ ਕੇ ਉਹ ਸੁੱਟੀਆਂ ਤੇ ਉਹਦੇ ਹੱਥ 'ਚ ਝਾੜੂ ਫੜਾ ਦਿੱਤਾ ਤੇ ਹੁਣ ਉਹਦੇ ਨਾਂ ਦੇ 40 ਕਿੱਲਿਆਂ ਦੇ ਉੱਤੇ ਗੁਲਸ਼ਰੇ ਉਡਾਉਂਦੇ ਫਿਰਦੇ ਆ। ਤਾਂ ਹੀ ਤਾਂ ਵਿਚਾਰੀ ਦਾ ਵਿਆਹ ਨਹੀਂ ਕੀਤਾ, ਕਮਲੀ ਕਰਕੇ ਘਰੇ ਬਿਠਾਇਆ। ਐਸੀ ਗੱਲ ਤੋਂ ਡਰਦੇ ਆ ਕਿ ਕਿਤੇ ਜ਼ਮੀਨ ਨਾ ਉਹਨਾਂ ਦੇ ਹੱਥੋਂ ਖੁੱਸ ਜੇ। ਪਤਾ ਨਹੀਂ ਉਹ ਦਿਨ ਕਦੋਂ ਆਉਣਗੇ ਜਦੋਂ ਵਿਚਾਰੀ ਨੂੰ ਕੋਈ ਨਰਕ ਚੋਂ ਕੱਢੂਗਾ। ਸਾਨੂੰ ਤਾਂ ਬਾਹਲੀ ਚਿੰਤਾ ਰਹਿੰਦੀ ਹੈ ਵਿਚਾਰੀ ਦੀ। ਰਾਣੀ, ਰਾਣੀ ਘਰ ਹੈ ਨੀ ਕੋਈ? ਨਹੀਂ, ਕਿਉਂ ਤੁਸੀਂ ਚੋਰੀ ਕਰਨੀ ਹੈ? ਇਹ ਚੋਰੀ ਚੋਰੀ ਦੇ ਮਾਮਲੇ ਸਾਡੇ ਦਿਲਾਂ ਵਿੱਚ ਨਹੀਂ ਹੁੰਦੇ ਤੇ ਕਿਸੇ ਦੇ ਦਿਲ ਦਾ ਸਾਨੂੰ ਪਤਾ ਨਹੀਂ। ਕਮਲ, ਮੈਂ ਤੇਰੇ ਨਾਲ ਦਿਲ ਦੀ ਗੱਲ ਕਰਨੀ ਚਾਹੁੰਦਾ। ਕਰ। ਮੈਨੂੰ ਤੇਰੇ ਬਾਰੇ ਸਾਰਾ ਕੁਝ ਪਤਾ ਲੱਗ ਗਿਆ। ਮੈਂ ਤੇਰੇ ਦੁੱਖ ਮਨਾਉਣਾ ਚਾਹੁੰਦਾ, ਤੇਰੇ ਗਮਾਂ 'ਚ ਸ਼ਰੀਕ ਹੋਣਾ ਚਾਹੁੰਦਾ। ਇਸ਼ਕ ਦੇ ਪੈਂਡੇ ਬੜੇ ਔਖੇ ਹੁੰਦੇ ਨੇ, ਕਿਤੇ ਐ ਨਾ ਹੋਵੇ ਵਿਚਾਲੇ ਸਾਥ ਛੱਡ ਕੇ ਭੱਜ ਜਾਵੇ। ਫਿਕਰ ਨਾ ਕਰ, ਵਿਚਾਲਿਓ ਸਾਥ ਨਹੀਂ ਛੱਡਦਾ। ਜੱਟਾਂ ਦੀਆਂ ਦੋ ਹੀ ਚੀਜ਼ਾਂ ਮਸ਼ਹੂਰ ਆ, ਇੱਕ ਯਾਰੀ ਇੱਕ ਸਰਦਾਰੀ। ਪਤਾ ਤੈਨੂੰ ਹਮੀ ਤੇਰੀ ਦਿਲੋਂ ਜੱਟ ਭਰਦਾ ਹੈ। ਓਏ ਕਰਦਾ ਪਿਆਰ ਫਿਰ ਆਕੜਾ ਕਿਉਂ ਕਰੇ, ਇੱਕ ਦਿਲ ਦਾ ਸਮੁੰਦਰ ਬਣਾ ਲਵੇ। ਫੁੱਲ ਪਿਆਰਾ ਵਾਲਾ ਜਿਹਦੇ ਉੱਤੇ ਤਰੀ ਜਾਊਗਾ। ਪਿਆਰ ਤੇਰਾ ਰੱਖੂ ਜੱਟ ਸੀਨੇ ਨਾਲ ਲਾ ਕੇ, ਯਾਰੀ ਸਰਦਾਰੀ ਨਾਲ ਕਰੀ ਜਾਊਗਾ। ਪਿਆਰ ਤੇਰਾ ਰੱਖੂ ਜੱਟ ਸੀਨੇ ਨਾਲ ਲਾ ਕੇ, ਯਾਰੀ ਸਰਦਾਰੀ ਨਾਲ ਕਰੀ ਜਾਊਗਾ। ਯਾਰੀ ਸਰਦਾਰੀ ਨਾਲ ਕਰੀ ਜਾਊਗਾ। ਨਿੰਮੋ, ਮੇਰਾ ਕੁੜਤਾ ਸੀ, ਉਹ ਕਿੱਥੇ ਹੈ? ਡੈਡੀ ਜੀ, ਉਹ ਤਾਂ ਮੈਂ ਅੰਦਰ ਰੱਖਿਆ ਹੀ। ਉਹ ਮੈਂ ਟੋਲਦਾ ਮਰ ਗਿਆ ਝੋਲੇ 'ਚ। ਜਾ ਲਿਆ ਦਿਖਾ ਮੈਨੂੰ।
ਦੇਖ ਕੇ ਭੁੱਖ ਲੈਂਦੀ ਹੈ। ਆਹੋ ਉਹ ਸਤਿ ਸ਼੍ਰੀ ਅਕਾਲ ਚਾਚਾ। ਸਤਿ ਸ਼੍ਰੀ ਅਕਾਲ ਜੀ। ਕੀ ਗੱਲ, ਕਿੱਥੇ ਦੀ ਤਿਆਰੀ, ਕਿੱਧਰ ਨੂੰ ਚੱਲੇ? ਮੈਂ ਕਿੱਧਰ ਜਾਣਾ ਹੈ? ਤੁਸੀਂ ਚੱਲੋ। ਤੂੰ ਕੀ ਦੇਖਦਾ ਬਿੱਟਰ ਬਿੱਟਰ, ਤੂੰ ਵੀ ਚੱਲ ਸਾਲਿਆ। ਉਹ ਚਾਚਾ ਕਮਾਲ ਹੈ, ਤੂੰ ਤਾਂ ਜਾਣੀ ਜਾਣਾ, ਤੈਨੂੰ ਕਿਵੇਂ ਪਤਾ ਲੱਗਿਆ ਤੇਰਾ ਸਾਲਾ? ਹੋਰ ਇਹੀ ਤਾਂ ਤੈਨੂੰ ਅੱਜ ਦੇਖਣਾ ਆਪਦੀ ਭੈਣ ਵਾਸਤੇ। ਸੱਚੀ? ਹਾਂ। ਫਿਰ ਦੇਖਦੇ ਕੀ ਹੋ, ਬੈਠੋ जंगल पानी जान नू नी के है। एथे बैठ। इधर आ जा। अच्छा जी। निमो चाह पानी ले आई? हां जी डैडी जी। सत श्री अकाल जी। ऐदा क्यों झांकता है? ਜਦੋਂ ਕਿਸੇ ਝੋਟੇ ਨੂੰ ਦੇਖ ਲੈਂਦਾ ਜੀ, ਬਸ ਐਂ ਹੱਡੀਆਂ ਰਹਿ ਜਾਂਦੀਆਂ ਜੀ ਇਹਦੀਆਂ। ਇਹਦਾ ਮਤਲਬ ਮੈਂ ਝੋਟਾ ਹੈ? ਨਹੀਂ ਜੀ, ਦਰਅਸਲ ਇਹ ਬਚਪਨ ਦੇ ਵਿੱਚ ਸੀ ਜਦੋਂ ਇਹਦੇ ਮਗਰ ਝੋਟਾ ਪੈ ਗਿਆ ਸੀਗਾ ਜੀ। ਇਹਦੀਆਂ ਡਰ ਨਾਲ ਅੱਖਾਂ ਐਂ ਹੱਡੀਆਂ ਰਹਿ ਗਈਆਂ ਜੀ, ਬਸ ਇੱਥੇ ਐਡਜਸਟ ਹੋ ਗਈਆਂ। ਇਹਦੀ ਭੈਣ ਤੇ ਮਗਰ ਤਾਂ ਨਹੀਂ ਕੋਈ ਡੰਗਰ ਪਛਾ ਪਿਆ? ਕਿਤੇ ਉਹਦੀਆਂ ਵੀ ਅੱਖਾਂ ਐਂ ਹੋਣ? ਨਹੀਂ ਜੀ ਨਹੀਂ, ਉਹ ਤਾਂ ਠੀਕ ਹੈ ਜੀ। सियाने ने कहा, कोई भी शुभ काम करने तो पहला रब दा नाम जरूरी है। ए किने कहता जी, थोड़े घर च लगदा तां है नहीं सियाना कोई। मैं बिना सियाने तो हो गया, मेरी बेबे कहंदी हुंदी सी। अच्छा जी। हां जी, रब दा नाम लेंदे है। चलो लो जी फिर। हां जी, रब दा नाम लेंदे है। चलो तुसी तां रब दा नाम लो। ਲੈ ਲਿਆ ਜੀ। ਮੈਂ ਸੋਚਿਆ ਸੀ ਤੁਸੀਂ ਸ਼ੁਰੂ ਕਰੋਗੇ। ਹਾਂਜੀ, ਮੈਂ ਤਾਂ ਲੈ ਲਿਆ ਸੀ। ਚਲੋ ਫਿਰ, ਮੇਰਾ ਵੀ ਹੋ ਗਿਆ। ਹਾਂਜੀ, ਚੱਲ ਬੂਟੇ ਤੂੰ, ਮੈਂ ਆਉਣਾ। ਆ ਹੋਰ ਲੈ ਚੱਕ, ਇਹ ਕਿਹੜਾ ਹਜਮ ਹੋਣਾ ਕਿਸੇ ਦੇ। ਧੀਏ ਤੂੰ ਵੀ ਚੱਲ। ਚਲੋ ਜੀ ਫਿਰ, ਤਾਂ ਮੈਂ ਵੀ ਚੱਲਦਾ। ਇੱਕ ਮਿੰਟ ਇੱਕ ਮਿੰਟ, ਇਹ ਆ ਫੜੋ। ਇਹ ਸ਼ਗਨ ਦੇ ਰਹੇ ਚਾਚਾ? ਪਹਿਲਾਂ ਤਾਂ ਕਦੇ ਮੰਗੇ ਤੋਂ ਵੀ ਨਹੀਂ ਦਿੰਦਾ। ਇਹ ਸ਼ਗਨ ਨਹੀਂ, ਡਾਕਟਰ ਦੀ ਫੀਸ ਹੈ, ਮੁੰਡੇ ਦਾ ਇਲਾਜ ਕਰਾਓ। ਜੇ ਤਾਂ ਇਹਦੀਆਂ ਅੱਖਾਂ ਠੀਕ ਹੋ ਜਾਣ ਤਾਂ ਠੀਕ ਹੈ, ਨਹੀਂ ਕਢਾਈ ਛੱਡੋ। ਐ ਘੂਰਦਾ ਮੇਰੇ ਅੰਨੀ ਬਈ, ਜਿਵੇਂ ਮੈਂ ਇਹਦੀ ਭੈਣ ਨਾਲ ਵਿਆਹ ਨਹੀਂ ਕਰਾਉਣਾ, ਉਹਨੂੰ ਕੱਟ ਕੇ ਲਿਜਾਣਾ। ਠੀਕ ਹੈ ਜੀ, ਕਰਾ ਲਿਓ ਇਲਾਜ। ਹਾਂ ਜੀ, ਬਸ ਸਿੱਧਾ ਹਸਪਤਾਲ ਹੀ ਲੈ ਕੇ ਜਾਊਂਗਾ ਜੀ। ਚੰਗਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਖੜ ਜਾ, ਪੈਰਾਂ ਥੱਲੇ ਅੱਗ ਮੱਚੀ ਆ, ਆਉਣੀ ਆ। ਤੂੰ ਇੱਥੇ ਕੀ ਕਰਦਾ, ਚੱਲ ਪਿੱਛੇ। ਲੈ ਤੂੰ ਬਹਿ ਜਾ ਮੂਹਰੇ, ਕਮਲਾ ਨਾ ਹੋਵੇ ਤਾਂ। ਚੱਲ ਪਿੱਛੇ। ਜਿੰਨਾ ਖਰਚਾ ਏ ਤੇਰੇ ਪਰਿਵਾਰ ਦਾ, ਨੀ ਉਨੀ ਫੀਮ ਨਾ ਜੱਟਾਂ ਦਾ ਪੁੱਤ ਸਾਰਦਾ। ਕਿਵੇਂ ਆ, ਬੜਾ ਲਿਸ਼ਕਾਈ ਜਾਂਦਾ, ਇਹਨੂੰ ਕਿੱਧਰ ਨੂੰ ਜਾਣਾ ਅੱਜ? ਉਹ ਤੇਰੇ ਲਈ ਲਿਸ਼ਕਾਈ ਜਾਂਦਾ, ਤੂੰ ਮੋਟਰ ਚਲਾਉਣ ਨਹੀਂ ਜਾਣਾ? ਉਹ ਨਹੀਂ ਨਹੀਂ ਭਰਾਵਾ, ਅੱਜ ਤਾਂ ਐਤਵਾਰ ਹੈ। ਉਹ ਲੈ, ਮੈਂ ਤਾਂ ਭੁੱਲ ਹੀ ਗਿਆ ਵੀ ਅੱਜ ਐਤਵਾਰ ਹੈ, ਫਿਰ ਤਾਂ ਬਿਜਲੀ ਦੀ ਛੁੱਟੀ ਹੈ। ਤੈਨੂੰ ਸਮਝ ਹੀ ਨਹੀਂ, ਉਹ ਬਿਜਲੀ ਦੀ ਕਾਹਨੂੰ ਛੁੱਟੀ ਹੈ, ਅੱਜ ਬਿਜਲੀ ਵਾਲਿਆਂ ਦੀ ਛੁੱਟੀ ਹੈ। ਚੱਲ ਫਿਰ, ਇਹ ਵੀ ਚੰਗੀ ਗੱਲ ਹੈ, ਬਿਜਲੀ ਇੱਕ ਦਿਨ ਤਾਂ ਆਰਾਮ ਕਰ ਲੈਂਦੀ ਹੈ। ਇੱਥੋਂ ਆਉਣਾ ਕਿਹੜਾ ਸੌਖਾ ਕੰਮ ਹੈ? ਤੂੰ ਮੇਰੀ ਬਿਜਲੀ ਦੀ ਛੱਡ, ਅੱਜ ਲੱਖੇ ਹਰੀ ਗਏ ਹੋਏ ਆ, ਤੇ ਤੂੰ ਜਾ ਕੇ ਕਮਲ ਨੂੰ ਮਿਲਾ। ਆ ਫੜ, ਲਿਆ ਫੜਾ, ਮੈਂ ਜਾਣਾ। ਆਹ ਲਾ ਗਿਆ ਮੈਨੂੰ ਪੰਗੇ। ਕਮਲ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿਵੇਂ ਆਉਣੇ ਹੋਏ? ਬੈਠੋ, ਤੁਹਾਡੇ ਨਾਲ ਗੱਲ ਕਰਨਾ ਹੈ, ਤੁਸੀਂ ਬੈਠੋ। ਤੁਸੀਂ ਬੈਠੋ, ਮੈਂ ਚਾਹ ਬਣਾ ਕੇ ਲਿਆਉਣੀ ਆ। ਓ ਨਾ ਨਾ ਜੀ, ਮੈਨੂੰ ਉਹਨਾਂ ਵਾਲੀ ਚਾਹ ਨਹੀਂ ਪੀਣੀ। ਹੋ, ਤੁਸੀਂ ਤਾਂ ਉਸ ਦਿਨ ਕੁਛ ਵੀ ਨਹੀਂ ਬੋਲੇ, ਚੁੱਪ ਕਰਕੇ ਚਾਹ ਪੀ ਗਏ। ਤੁਹਾਡੇ ਹੱਥੋਂ ਹੁਣ ਤਾਂ ਕੀ, ਮੈਂ ਜ਼ਹਿਰ ਵੀ ਪੀ ਲਾਂ। ਜੇ ਜ਼ਹਿਰ ਪੀਣ ਦੀ ਗੱਲ ਆਈ ਨਾ, ਤੇ ਪਿੱਛੇ ਮੈਂ ਵੀ ਨਹੀਂ ਰੁਕਾਂਗੀ। ਕਮਲ, ਇਸ ਤਰ੍ਹਾਂ ਚੋਰੀ ਛੁਪੇ ਤੇਰੇ ਘਰੇ ਆ ਕੇ ਮਿਲਣਾ ਮੈਨੂੰ ਚੰਗਾ ਨਹੀਂ ਲੱਗਦਾ, ਲੋਕ ਗੱਲਾਂ ਬਣਾ ਦੇਣਗੇ, ਆਪਾਂ ਕਿਤੇ ਬਾਹਰ ਮਿਲੀਏ। ਇਹ ਕਰਦੀਆਂ ਕੰਧਾਂ ਤਾਂ ਮੇਰੇ ਲਈ ਜੇਲ੍ਹ ਵਰਗੀਆਂ ਨੇ,
ਇਹਨਾਂ ਨੂੰ ਟੱਪਣਾ ਮੇਰੇ ਲਈ ਬਹੁਤ ਔਖਾ ਹੈ। ਚੰਗਾ ਫਿਰ ਡੁੱਬੀ ਰਹੇ ਸੀ ਨਰਕ ਚ। ਕਮਲ ਤੂੰ ਜ਼ਿੰਦਗੀ ਦੀ ਖੁਸ਼ੀ ਨੂੰ ਐਵੇਂ ਹੱਥੋਂ ਨਾ ਜਾਣ ਦੇ, ਬਾਹਰ ਜਾ ਕੇ ਉਹਨੂੰ ਮਿਲ, ਕੁਝ ਨਹੀਂ ਹੋਏਗਾ। ਪੌਣੀ ਸੂਰਤ ਵੱਧ ਨਿਆਣਿਆਂ ਤੋਂ ਜੀ ਦੇ ਮਿੱਠੇ ਬੋਲ ਮਖਾਣਿਆਂ ਤੋਂ ਸੂਰਤ ਵੱਧ ਨਿਆਣਿਆਂ ਤੋਂ ਜੀ ਦੇ ਮਿੱਠੇ ਬੋਲ ਮਖਾਣਿਆਂ ਤੋਂ ਹਾਂ ਇੱਕ ਦਿਨ ਫਤਿਹ ਮੈਂ ਕਰ ਲੈਣੀ ਉਹਦੇ ਸ਼ਿਕੇ ਵਾਲੀ ਛੋਣੀ ਉਹਦੇ ਕੂਲੇ ਕੂਲੇ ਪੈਰਾਂ 'ਚ ਫੁੱਲਾਂ ਦੀ ਝਾਂਜਰ ਪਾਉਣੀ ਆ ਉਹਦੇ ਕੂਲਿਆਂ ਕੂਲਿਆਂ ਪੈਰਾਂ 'ਚ ਫੁੱਲਾਂ ਦੀ ਝਾਂਜਰ ਪਾਉਣੀ ਆ ਜਿਵੇਂ ਪਹਿਲਾਂ ਪਾਉਂਦਾ ਮੋਰ ਕੋਈ ਉਹਦੇ ਵੱਲ ਨੂੰ ਖਿੱਚਦੀ ਆ ਸੋ ਰੱਬ ਦੀ ਜਾਣੀ ਡੋਰ ਕੋਈ ਤੁਰਦੀ ਏ ਤਾਂ ਇੰਜ ਲੱਗਦਾ ਜਿਵੇਂ ਪਹਿਲਾਂ ਪਾਉਂਦਾ ਮੋਰ ਕੋਈ ਉਹਦੇ ਵੱਲ ਨੂੰ ਖਿੱਚਦੀ ਆ ਸੋ ਰੱਬ ਦੀ ਜਾਣੀ ਡੋਰ ਕੋਈ ਉਹ ਪਰੀ ਹੈ ਲੱਗੀ ਅੰਬਰ 'ਚ ਮੈਂ ਤੁੜਕਿਆਂ ਦੇ ਨਾਲ ਲਾਉਣੀ ਕੂਲਿਆਂ ਕੂਲਿਆਂ ਪੈਰਾਂ 'ਚ ਫੁੱਲਾਂ ਦੀ ਝਾਂਜਰ ਪਾਉਣੀ ਆਦੇ ਕੂਲਿਆਂ ਕੂਲਿਆਂ ਪੈਰਾਂ 'ਚ ਫੁੱਲਾਂ ਦੀ ਝਾਂਜਰ ਪਾਉਣੀ ਆ ਸਕਦੇ ਉਹਦੇ ਨਖਰੇ ਤੀਰੋਂ ਤਿੱਖੇ ਤੋਂ ਡਾਢੇ ਡਰ ਸਕਦੇ ਕੱਕੇ ਕੱਕੇ ਵਾਲੇ ਉਹਦੇ ਸੂਰਜ ਨੂੰ ਛਾਵਾਂ ਕਰ ਸਕਦੇ ਉਹਦੇ ਨਖਰੇ ਤੀਰੋਂ ਤਿੱਖੇ ਤੋਂ ਡਾਢੇ ਡਰ ਸਕਦੇ ਕਿਸਮਤ ਦੇ ਸੀ ਜੱਟ ਨੇ ਵੀ ਐਸੇ ਤੇ ਅਜ਼ਮਾਉਣੀ ਦੇ ਕੂਲੇ ਕੂਲੇ ਪੈਰਾਂ 'ਚ ਫੁੱਲਾਂ ਦੀ ਝਾਂਜਰ ਪਾਉਣੀ ਉਹਦੇ ਕੂਲੇ ਕੂਲੇ ਪੈਰਾਂ 'ਚ ਫੁੱਲਾਂ ਦੀ ਝਾਂਜਰ ਪਾਉਣੀ ਆ ਇੱਧਰ ਚਲੀਏ ਐ ਤਾਂ ਲੱਖੇ ਵੀਰੇ ਦੇ ਆਦਮੀ ਨੇ ਫਿਰ ਕੀ ਹੋ ਗਿਆ ਤੂੰ ਫਿਕਰ ਨਾ ਕਰ ਮੈਂ ਕਿਹਾ ਨਾ ਫਿਕਰ ਨਾ ਕਰ ਤੂੰ ਜਾ ਲੱਖੇ ਦੀ ਘਰ ਦੀ ਇੱਜ਼ਤ ਨਾਲ ਖੇਡਣਾ ਤੈਨੂੰ ਬਹੁਤ ਮਹਿੰਗਾ ਪਊਗਾ ਓਏ ਹੁਣ ਉਹ ਲੱਖੇ ਦੀ ਇੱਜ਼ਤ ਨਹੀਂ ਮੇਰੀ ਵੀ ਇੱਜ਼ਤ ਹੈ We'll be right back.
कमल किधर गई? माही यार मैनू लगता घर नू चली गई है। ना किथे तक खांदी फिरदी है, कोई शर्म हजा आई नहीं तैनू? फाहा बटोए दा फाहा, दुखी करया पे ने। देख गलियां च नक बना के रखता साडा, गलियां च इज्जत तोड़ती। ए सुधरदी नहीं है, किन्ना मर्जी समझा ला इनू। देख हुण किवें डुसके मार दिया। मार चारे दे होर, बड़ी चमलाई है। दसा तैनू पता की है ते पुत मारे दे गोली, गलियां च इज्जत तोड़ के रखती ने। देखा देखा किवें डुसके मार दिया बे मार। हले नहीं, पहला ये आष्ट नू ता देख ला। हाँ भाई की चाहिए तेनू, क्यों रहा रोकया साडा? होर मैं थोड़े गला च हार पावा और जिहड़ा बैठा ना तेरे नाल टैट जीन, इनू समझा के रख। मेरे घर की इज्जत नाल खेडण की कोशिश की ने। ताड़ी एक हाथ नाल नहीं बजती बई, जाके अपनी भैन नू पुछ गल की है। वह तो भोला पंछी है, उन्हू की पता दुनिया कित्थे वसदी है। तुसी सिधरी बना रखे उन्हू पैसे दे लालच, क्या उहदा हिस्सा सारा खा लो। तू वड्डा सियाणा है, तेरे जिहे ना घर घट तां दूर पिंड जोगे भी नहीं रहिंदे। जे तेरी भैन इल्जाम साबित कर दे ना अपनी धौण लहा दू। तू ना अपनिया करतूतों तो बाज आ जा, नहीं तो बल्लिया छाती च इन्ना पित्तल भरूंगा ना सारी जिंदगी कली करवाउंदा फिरेंगा। यह तो वक्त ही दसू कौन किन्ने पानी च है। पानी पानी का तो मेथों वध तेनू पता कौन किन्ने क पानी च है। ओ गोलू चलो, अज मेरे हथों कोई मरमरा ना जावे। डैडी जी आ मुद्दा मारिया, मेरे लिए एक पैग बनाओ, करो कोई मेरे आला पक्का लाज। चल साला विंगा जा करदा की है, एदे लिए पैग बनाओ, एक करदा तेरा मैं पक्का इलाज। चल पाजा जे गल ना जेड़ी तूड़ी च दबी है ना वो कट के पीऊं, और ताइयों ता मेरा व्याह नहीं हुंदा। चाह दफाओ, दुखी कर मारिया साले ने, व्याह नहीं हुंदा इहदा। नजरा अज दिन ही शुरू हो गया। बैठता सही लख्या, पैग लाउण दा कोई टाइम नहीं हुंदा, जदों मूड करे ला लो। और सुना लख्या, अज नाजर सिंह दे घर किवें आउणा होया? होना की नाजरा, दिमाग खराब होया पिया, इउं लगता जिवें हिजड़े वांगू हथ बन्नी बैठे आ। घबराना आ लै पैग ला, पहला दस गल की होई है। गल कुछ नहीं, एक छोकरा मछरिया फिरदा तंग किया पिया अपनी कुड़ी नू, जी तो करदा मार के उहदे मथे च गोली ना साले की लाश चौराहे च टंगदा। बस कुड़ी की बदनामी खुणो दड़ वट्टी बैठा। नो एह जा कम नहीं करना, कानून अपने हाथ च नहीं लेना। जिहड़े बंदे कानून आपके हाथ च लेंदे ना वह अक्सर ही जेलां दीआं सलाखां दे पिछे हुंदे है। फिर डिप्टी साहब फिर तुसीं करो कोई हल, फिर तुहानूं एवें दारू पियाई दी है। ਉਹ ਇਹੋ ਜਿਹੇ ਫੁਕਰੇ ਬੰਦੇ ਨੂੰ ਜੇ ਨੱਥ ਪਾਉਣੀ ਹੋਵੇ ਨਾ ਤੁਸੀਂ ਉਸੇ ਥਾਣੇਦਾਰ ਨੂੰ ਮਿਲੋ ਜਾ ਕੇ, ਡਰਾਮਾ ਕਰੋ। ਸਤਿ ਸ਼੍ਰੀ ਅਕਾਲ ਜੀ, ਆਓ ਬੈਠੋ। ਹਾਂਜੀ ਦੱਸੋ ਕਿਵੇਂ ਆਏ? ਦੱਸੋ ਦੱਸੋ ਇੰਸਪੈਕਟਰ ਸਾਹਿਬ, ਸਾਡੇ ਪਿੰਡ ਇੱਕ ਮੁੰਡਾ ਆਇਆ ਭਜਨ ਸਿੰਘ ਦੇ ਘਰ, ਉਹ ਸਾਡੀ ਕੁੜੀ ਨੂੰ ਬਹੁਤ ਤੰਗ ਕਰਦਾ। ਕੀ ਦੱਸੀਏ ਜੀ, ਅਸੀਂ ਤਾਂ ਬਾਹਲੇ ਦੁਖੀ ਹਾਂ, ਪੁੱਛੋ ਕੁਛ ਨਾ। ਦੁਖੀ ਕੀਤਾ ਪਿਆ ਸਾਨੂੰ ਤਾਂ, ਸਾਡੇ ਹੁੰਦੇ ਆ ਪਰੇਸ਼ਾਨੀ ਕਾਹਦੀ, ਤੁਸੀਂ ਬੇਫਿਕਰ ਰਵੋ। ਇਹ ਆਸ਼ਕੀ ਦੇ ਭੂਤ ਤਾਂ ਅਸੀਂ ਨਾ ਬਗੈਰ ਤਾਗੇ ਤਵੀ ਤੋਂ ਹੀ ਲਾ ਦਿੰਦੇ ਹਾਂ। ਹਾਂ ਬੇਫਿਕਰ ਰਹੋ, ਬੇਫਿਕਰ ਜਾਂਦਾ ਰਹੇ ਵੇ ਥਾਣੇਦਾਰ ਵੀਰਾ। ਇੱਜ਼ਤ ਲੱਖੀ ਨਾ ਹਜ਼ਾਰੀ ਜੀ, ਸਾਡੇ ਨੱਕ ਚ ਦਮ ਹੀ ਨੀ ਕਰਿਆ, ਸਗੋਂ ਸਾਡੇ ਤਾਂ ਵੀਰਾ ਨੱਕ ਬੰਦ ਕਰੇ ਪਏ ਆ, ਤੇ ਬੰਦ ਨੱਕ ਹੁਣ ਤੁਸੀਂ ਹੀ ਖੋਲਣੇ ਹੋ ਜੀ। ਤੁਸੀਂ ਫਿਕਰ ਨਾ ਕਰੋ ਜੀ, ਤੁਹਾਡੇ ਨਾਲ ਪੂਰਾ ਇਨਸਾਫ ਹੋਊਗਾ, ਅਸੀਂ ਇੱਥੇ ਇਨਸਾਫ ਕਰਨ ਵੀ ਬੈਠੇ ਆ। ਠੀਕ ਆ, ਜਾਓ ਮੁਨਸ਼ੀ ਨੂੰ ਰਿਪੋਰਟ ਲਿਖਾ ਦਿਓ। ਧੰਨਵਾਦ ਜੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ।
ਆਜ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਾਂਜੀ ਇਹ ਕਿਹਨੂੰ ਚੱਕ ਲਿਆ ਅੱਜ ਇਹ ਡਾਕਟਰ ਸਾਹਿਬ ਹੈ ਜੀ ਕਿਉਂ ਡਾਕਟਰ ਨੇ ਮੇਰੀ ਸਾਈਕਲ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਣੀਆਂ ਨਾਲੇ ਇਹ ਕਾਹਦਾ ਡਾਕਟਰ ਹੈ ਓਏ ਇਹਨੂੰ ਕਹਿ ਇਹ ਗਲੂਕੋਸ ਲਵਾਵੇ ਮਾੜਾ ਮੋਟਾ ਰੰਗ ਨਿਖਰੇ ਇਹਦਾ ਨਹੀਂ ਜੀ ਡਾਕਟਰ ਸਾਹਿਬ ਨੇ ਤੁਹਾਡੇ ਰਿਸ਼ਤੇ ਬਾਰੇ ਗੱਲ ਕਰਨੀ ਹੈ ਜੀ ਮੇਰੇ ਰਿਸ਼ਤੇ ਬਾਰੇ ਹਾਂਜੀ ਹੈ ਹਾਂਜੀ ਸੱਚੀ ਆ ਜਾ ਫਿਰ ਬਹਿ ਜਾ ਫਿਰ ਤਾਂ ਪੜ੍ਹੇ ਲਿਖੇ ਖਾਨਦਾਨ ਦੀ ਕੁੜੀ ਹੈ ਬੈਠੋ ਡਾਕਟਰ ਸਾਹਿਬ ਬੈਠੋ ਇੱਕ ਗੱਲ ਤਾਂ ਦੱਸੋ ਡਾਕਟਰ ਸਾਹਿਬ ਖਾਨਦਾਨ ਕਿਹੋ ਜਿਹਾ ਹੈ ਉਹਨਾਂ ਦਾ ਬਹੁਤ ਚੰਗੀ ਨਸਲ ਦੀ ਹੈ ਜੀ ਮਤਲਬ ਚੰਗੇ ਘਰੋਂ ਹੈ ਜੀ ਖਾਂਦੇ ਪੀਂਦੇ ਘਰ ਦੀ ਹੈ ਇਹ ਤਾਂ ਬਹੁਤ ਵਧੀਆ ਗੱਲ ਹਾਂਜੀ ਰੰਗ ਕਿਹੋ ਜਿਹਾ ਹੈ ਭੂਰੇ ਰੰਗ ਦੀ ਹੈ ਜੀ ਭੂਰੇ ਅੱਛਾ ਫਿਰ ਤਾਂ ਬੇਮਾ ਵਰਗੀ ਲੱਗਦੀ ਹੋਣੀ ਹੈ ਹਾਂਜੀ ਅੰਗਰੇਜ਼ੀ ਵੀ ਬੋਲਦੀ ਹੈ ਅੰਗਰੇਜ਼ੀ ਚਲੋ ਮਾੜਾ ਮੋਟਾ ਤਾਂ ਮੈਂ ਵੀ ਸਮਝ ਜਾਂਦਾ ਹਾਂ ਅੰਗਰੇਜ਼ੀ ਇੱਕ ਗੱਲ ਤਾਂ ਦੱਸੋ ਡਾਕਟਰ ਸਾਹਿਬ ਸਵਾ ਕਿਹੋ ਜਿਹਾ ਹੈ ਉਹਨਾਂ ਦਾ ਬਸ ਸਿੰਘਾਂ ਦੇ ਚੱਕ ਲੈਂਦੀ ਹੈ ਜੀ ਮਤਲਬ ਉਪਰੇ ਬੰਦੇ ਨੂੰ ਨਿੱਕਰੇ ਵੜ ਦਿੰਦੀ ਜੀ ਚਾਰੇ ਪੈਰ ਚੱਕ ਕੇ ਪੈ ਜਾਂਦੇ ਵੀ ਤੂੰ ਬੜਿਆ ਕਿਵੇਂ ਇੱਥੇ ਹਾਂਜੀ ਉਪਰ ਕੋਈ ਵੀ ਬੰਦਾ ਹੋਵੇ ਮੈਨੂੰ ਇਹੀ ਚੀਜ਼ ਚਾਹੀਦੀ ਹੈ ਮੇਰਾ ਨਾ ਸਵਾਦ ਥੋੜਾ ਠੰਡਾ ਮਿੱਠਾ ਜਾਏ ਸਾਰੇ ਪਿੰਡ ਦੇ ਮੁੰਡੇ ਮੇਰਾ ਮਜ਼ਾਕ ਉਡਾਉਂਦੇ ਆ ਇੱਕ ਗੱਲ ਤਾਂ ਦੱਸਿਓ ਡਾਕਟਰ ਸਾਹਿਬ ਉਮਰ ਕਿਹੀ ਜੀ ਹੈ ਉਹਨਾਂ ਦੀ ਬਸ ਉਮਰ ਕਿਹੜੀ ਹੈ ਜੀ ਪਹਿਲੇ ਸੂਏ ਤਾਂ ਹੈ ਬਸ ਉਹ ਜਿਹੜਾ ਪਹਿਲਾਂ ਹੀ ਸੂਆ ਲੱਗਦਾ ਹੁੰਦਾ ਜੀ ਇੱਥੇ ਬਚਪਨ ਦੇ ਵਿੱਚ ਲੋਦੇ ਵਾਲਾ ਉਹੀ ਲੱਗਿਆ ਜੀ ਮੁੜ ਕੇ ਮਾਂ ਦੀ ਧੀ ਬਿਮਾਰ ਹੀ ਨਹੀਂ ਹੋਈ ਜਮਾ ਮੇਰੇ ਤੇ ਗਈ ਹੈ ਮੇਰੇ ਵੀ ਬਸ ਇੱਕੋ ਸੂਆ ਲੱਗਿਆ ਸੀਗਾ ਇੱਥੇ ਮੈਂ ਵੀ ਮੁੜ ਕੇ ਕਦੇ ਬਿਮਾਰ ਨਹੀਂ ਪਿਆ ਹਾਂਜੀ ਤੁਹਾਡੇ ਤਾਂ ਬੋਰੀਆਂ ਸਿਆਉਣ ਵਾਲਾ ਲੱਗਿਆ ਸੀ ਨਾ ਡਾਕਟਰ ਸਾਹਿਬ ਨੈਣ ਨਕਸ਼ ਕਿਹੋ ਜਿਹੇ ਆ ਉਹਨਾਂ ਦੇ ਐਡੀ ਮੋਟੀ ਅੱਖ ਆ ਜੀ ਅੱਖ ਛੋਟੀ ਕਰ ਲੈ ਐਡੀ ਹੈ ਜੀ ਐਡੀ ਅੱਖ ਤਾਂ ਮੱਝ ਦੀ ਹੁੰਦੀ ਹੈ ਤੇ ਅਸੀਂ ਮੱਝ ਦੀ ਗੱਲ ਹੀ ਕਰਦੇ ਹਾਂ ਜੀ ਖੜ ਜਾ ਤੇਰੀ ਪੱਟ ਲੈ ਪੱਟ ਭਾਈ ਨਿਕਲ ਨਿਕਲ ਲੈ ਹੁਣ ਅਸੀਂ ਡੰਗਰਾਂ ਜੋਗੇ ਰਹਿ ਗਏ ਭੱਜ ਨਾ ਜਾਵੇ ਉਹ ਧਿਆਨ ਰੱਖਿਓ ਅੱਛਾ ਆਪੇ ਗੱਲ ਕਰਾਂਗਾ ਭੱਜਣ ਸਿਆ ਘਰ ਹੀ ਹੈ ਹਾਂਜੀ ਹਾਂਜੀ ਆ ਜਾਓ ਥਾਣੇਦਾਰ ਸਾਹਿਬ ਅਜੇ ਭੱਜਣ ਸਿੰਘ ਦੇ ਵਿਹੜੇ ਕਿੱਦਾਂ ਆਉਣਾ ਹੋਇਆ ਜਿਹੜਾ ਮੁੰਡਾ ਤੇਰੇ ਘਰੇ ਰਹਿੰਦਾ ਉਹਦਾ ਨਾਂ ਮਾਹੀ ਹੈ ਨਾ ਜੀ ਨਾਂ ਤੇ ਉਹਦਾ ਮਾਹੀ ਹੈ ਕਿਉਂ ਕੀ ਗੁਨਾਹ ਕਰਤਾ ਉਹਨੇ ਭੋਲੀ ਭਾਲੀ ਕੁੜੀ ਨੂੰ ਵਰਗਲਾਉਣ ਦਾ ਦੋਸ਼ ਹੈ ਇਹਦੇ ਤੇ ਇਹ ਝੂਠ ਹੈ ਤੁਹਾਨੂੰ ਕੋਈ ਗਲਤ ਫਹਿਮੀ ਹੋਈ ਹੈ ਜਿੱਤੇ ਆਪਾਂ ਨੂੰ ਡਰ ਕਿਹੜੀ ਗੱਲ ਦਾ ਆਪਾਂ ਕਿਹੜਾ ਕੋਈ ਗੁਨਾਹ ਕੀਤਾ ਥਾਣੇਦਾਰ ਸਾਹਿਬ ਸੱਚ ਤੇ ਝੂਠ ਦਾ ਨਤਾਰਾ ਤਾਂ ਹੋ ਹੀ ਜਾਣਾ ਹੈ ਇਹ ਪਤਾ ਹੈ ਮੈਨੂੰ ਤਾਰ ਕਿੱਥੋਂ ਹਿੱਲੀ ਹੈ ਚੱਲ ਬਈ ਬੈਠ ਗੱਡੀ ਚ ਚੱਲ ਬਈ ਚੱਲ ਥਾਣੇਦਾਰ ਸਾਹਿਬ ਫੇਰ ਗੱਲ ਕਰਾਂਗੇ ਜੀ ਚੱਲ ਬਈ ਪਾਤਸ਼ਾਹ ਮਾਹੀ ਹੀ ਤਾਂ ਮੇਰੀ ਜ਼ਿੰਦਗੀ ਦਾ ਸਹਾਰਾ ਹੈ ਉਹਦੇ ਤੇ ਮਿਹਰ ਭਰਿਆ ਹੱਥ ਰੱਖੀ ਕਿਵੇਂ ਆਸ਼ਕਾ ਕੀ ਕਹਿੰਦੀ ਤੇਰੀ ਆਸ਼ਕੀ ਪਤਾ ਲੱਗਾ ਤੂੰ ਮਾਸੂਮ ਜੀ ਕੁੜੀ ਨੂੰ ਆਪਣੇ ਪਿਆਰ ਦੇ ਜਾਲ ਚ ਫਸਾ ਕੇ ਤੁਰਿਆ ਫਿਰਦਾ
जिहड़े इल्जाम मेरे ते लगे ने ना सारे गलत ने, ना तो मैं किसी नूं वरगलाया ना तंग कीता। वेख ला, मैं तां वड्डे वड्डे दे मूंह खलवाते। गुरजट सिंह जी सर, तू चल जी, मैं गल करदा। ठीक है सर। हाँ भाई, तेरे खिलाफ कुड़ी दे माँ प्यो ने रिपोर्ट लिखाई आ कि तू उन्हां दी कुड़ी नूं नजायज़ तंग करदा। नहीं सर, सच करके जाणियो जी, असलियत ही कुछ होर है। असलियत कुछ होर आ? चल तू दस सारी गल की आ। सर मैं उस कुड़ी नूं प्यार करदा ते उहदे नाल विआह करवाउणा चाहुंदा। उहदे कुड़ी दे घर दे रोकदे उहनूं, क्योंकि कुड़ी दे नां ते जमीन आ। उहनां नूं डर आ कि कुड़ी दे नाल जमीन भी चली जाऊगी, क्योंकि कुड़ी लवारिस है जी। मैनू तेरी गल को सच्ची लगती आ, पर एक गल मेरी ध्यान नाल सुन ला। तू उस कुड़ी नाल ब्याह कराई, जे उसनू धोखा दिता जां छड़ के गया तां मैं तैनू फड़ के ना सलाखां पिछे मैं करूंगा। सर थोड़े अर्गी सोच दे मालक बहुत घट इंसान होंदे आ जी। मैं थोड़ी सोच नू सलूट करदा जी, ते थोड़े नाल वादा करदा जी कि उस कुड़ी दा साथ कदे नहीं छड़दा। ठीक आ फिर, मैं भी हमेशा सच दा साथ दिता। जे तू सच दे राह ते चलेगा, सही काम करेगा, तो मैं हमेशा तेरे नाल जा। थैंक यू जी। सत श्री अकाल। लैव यस। यार लखिया, यार जेड़ा मुंडा अपनी कुड़ी ते डोरे पाउंदा सी, डोड्यां दा केस पवा के 6 महीने की कैद करवा दिए, आपे साला रोलदा फिरूगा। केस दा बथेरे पैणगे प्रधान साहब, पहला उहदी आशकी दा भूता निकल जे। ऐउं ना पुठे बकरियां वांगू लटकिया हू। यारा बेलियां दे बिना नहीं सरदा। जाको रखे साइया, मार सके ना कोई। चल भाई चलिए, आज नहीं थोनू चढ़दी, जिन्नी मर्जी पी लो। ध्यान ना रही छोटे, कई बारी कणक बच जांदी है, घुण पीसिया जांदा। बोलन जो गई हो। आए वटे। डिप्टी साहब, मैं की देख रहा भाई, साडा दुश्मन साडे ही सामने हिक तान के तुरै फिरदा। नहीं नहीं डिप्टी साहब, मैनू उसका पक्का इलाज चाहिए, पक्का। हां प्रधान साहब, आपा जेड़ा सप डिप्टी नू सिर फेण नू दिता सी, हुने साडी हिक ते मिलन नू छड़ता। सप तां मरिया नहीं ना, उतो साड़ी लाठी भी तोड़ती। तू घबरा ना लख्या, इसका पक्का इलाज मैं करूंगा। मैं जिहड़ा बंदा फड़ के लिया सी, किहदे हुक्म नाल छड्डिया तू? सर मैं उस मुंडे की सारी कहानी सुन ली आ, जिहड़े इल्जाम इन्हां ने लाया ना वह सारे झूठे मूठे सी, इहो ही तां गल ही नहीं लगी मैनूं उहदे विच कोई। सच ते झूठ का फैसला करन वाला तू कौन हुंदा? इनक्वायरी करांगे, फिर ही पता लगू सच की है झूठ की है। पर सर मैं सच की किताब पढ़ी आ, ते मेरी किताब में झूठ का कोई जिक्र नहीं, और ना ही मैं झूठे की मदद करदा। पर सानू पोलिटिकल बंदियां दा ख्याल रखना पैंदा है, नहीं तो तू सस्पेंड भी हो सकदा है। सर मैं नहीं चाहता मेरी वजह ना इस वर्दी ते दाग लगे, इस तो पहला तुसी मैनू सस्पेंड करो, मैं अपना इस्तीफा आप ही दिंदा।
मार दिया जनाब। मैं देखा जनाब, मैं सुनू आख्या सी ना 30 किलिया का मालिक है, हो जाता मां का पुत वर्दी ला के। हो रब्बा, जे कि मेरे को होंगे 1.5-2 किले बस स्वाद आ जाता। ना फिर तू की कर लेंदा ओए? आही बस ब्याह पूजा मैं करवा लेंदा ना, गल है एक। शट अप। चाचा घर ही है? नहीं, बठिंडे गया हुआ मैं। तेनू किन्नी बार समझाया इत्थे ना बढ़िया कर, हुण किन्नू चक लिया अपने नाल, दफा हो इत्थो। ए तां फौजी है जी। फौजी ए तां रम देना है मैनू। नहीं जी, रिश्ता लेके आया जी। रिश्ता? हाँ जी। आ जा इत्थे बह जा। एदी पुआ है जी। पहला तू ओ डंगर डॉक्टर चक लिया सी जेड़ा मज दा रिश्ता ले आया सी, हुणे फौजी ले आया, ए तोप दा रिश्ता करूंगा मेरे नाल? नहीं जी, तां अपनी सगी पुआ दा कराऊगा जी। ओए जदों पुआ वड्डी उम्र दी हो गई, हुण मेरे कल मल नू फिरदे आए इह? ਤੁਸੀਂ ਵੀ ਤਾਂ ਸੁੱਖ ਨਾਲ ਵੱਡੀ ਉਮਰ ਦੇ ਹੋ ਜੀ, ਤੁਸੀਂ ਕਿਹੜਾ ਚੁੰਗਣੀ ਪਾਈ ਹੈ ਮੂੰਹ 'ਚ? ਇਹ ਤਾਂ ਇਹਨਾਂ ਦੇ ਛੋਟੇ ਹੁੰਦਿਆਂ ਦੇ ਮਾਂ ਪਿਓ ਦੀ ਡੈਥ ਹੋ ਗਈ ਸੀ ਅਤੇ ਭੂਆ ਨਹੀਂ ਪਾਲਿਆ ਜੀ ਇਹ। ਇਹ ਹੁਣ ਕਹਿੰਦੇ ਅਸੀਂ ਜਵਾਨ ਹੋ ਗਏ, ਭੂਆ ਦਾ ਵੀ ਵਿਆਹ ਕਰ ਦਈਏ। ਹਾਂਜੀ ਫੌਜੀ ਸਾਹਿਬ। ਜਵਾਨ ਸਟੈਂਡ ਅਪ। ਖੜੇ ਹੋਣ ਨੂੰ ਕਹਿ ਰਿਹਾ ਜੀ। ਕਿਉਂ, ਕੱਦ ਨਾਪਣਾ ਹੈ ਮੇਰਾ? 5 ਫੁੱਟ 10 ਇੰਚ ਕੱਦ ਹੈ ਜੀ, 85 ਕਿਲੋ ਭਾਰ ਹੈ। जवान छाती चौड़ी कर। भाई जिन्नी कर रब ने दिती है उन्नी तो चौड़ी कीती है, होर उत्तों मैं ट्रैक्टर लंगा ला। जवान सावधान। ऐस दोजी तो ता असी हमेशा ही सावधान रही दाए जी। सानू रिश्ता मंजूर है फुफड़ जी। अच्छा, तीए चा ले के आ। चाचा, कुड़िया नू बगाने बंदिया ने मूहरे बुलाउंदे चंगे लगदे? मैं ले के आउना। फिर ऐ करी। हाँ जी। चाह दे नाल ना माड़ा मोटा मिठा भी ले आई। ठीक है जी। डंगरा नाल रह के तू भी सियाणा हो गया हुण। बस यही तो फायदा ही थोड़े नाल रहण दा। किवें निम्मीए, केड़ियां सोचां च फिरदी है? ओए उधर दी आ जा, हमेशा पाकिस्तान वाले पासे मिलदी है मैनू। मैं ठीक हां। नेड़े तो हो जा यार, तेरा बापू कह जाए मैनू गदी गेट ची पार खेने ता। देख गदी गेट दा ते मैनू पता नहीं, तू फटाफट मेरे डैडी नू मना ला, किते मेरी व्याह दी उम्र लंघ जे। ओ मेरी केड़ा खड़ी है, मेरी भी ते लंघ ही रही है, सुख नाल तेरे नाल चार कदम मूरी चल रही है। चल छड, क्यों पाथी वरगा मुंह कीता, मैं ता मजाक करदी सी। जेड़ा टाइम मिलदा है ओ तू मजाक च लंघा देनी है, घट तो घट इस टाइम ता प्यार दीयां गल्लां कर लिया कर। दो मार फिर कोई कद्दू च तीर, अपना व्याह हो जाए छेती छेती। ਉਹ ਜੇ ਮੇਰੇ ਬਸ ਹੋਵੇ ਕੱਦੂ ਚ ਤਾਂ ਕੀ, ਮੈਂ ਤਾਂ ਤੇਰੇ ਬਾਪੂ ਦੇ ਢਿੱਡ ਚ ਵੀ ਮਾਰਾਂ। ਉਹ ਲੋਕਾਂ ਦੇ ਪਿਓ ਹੁੰਦੇ, ਉਹਨਾਂ ਨੂੰ ਫਿਕਰ ਹੁੰਦਾ ਆਪਦੀ ਧੀ ਦੀ ਡੋਲੀ ਤੋੜਨ ਦਾ, ਉਧਰੋਂ ਤੇਰੇ ਵਾਲਾ ਬਾਪੂ ਹੈ ਉਹ ਆਪਦਾ ਡੋਲਾ ਲਿਆਉਣ ਨੂੰ ਫਿਰਦਾ। ਚਾਹ ਧੁੱਪੇ ਬਣ ਰਹੀ ਹੈ। ਉਹ ਬਣ ਤਾਂ ਬਹੁਤ ਕੁਛ ਜਾਣਾ ਸੀ, ਜੇ ਤੂੰ ਵੱਧ ਨਾ ਲੱਗਿਆ ਹੋਵੇ। ਜਾਵਾਂ? ਜਾ ਜਾ, ਖੜ ਜਾ, ਹੱਥ ਤਾਂ ਲਾ ਕੇ ਦੇਖ ਲੈਣ ਦੇ। ਠੀਕ ਹੈ, ਚਲੋ ਫੌਜ ਸਾਹਿਬ ਚੱਲੀਏ। ਕੀ ਗੱਲ, ਚਾਹ ਨਹੀਂ ਬਣੀ? ਨਹੀਂ ਜੀ, ਸਲਾਈ ਬਣ ਗਈ ਸੀ ਜੀ। ਕਾਹਦੀ? ਵੀ ਇਹ ਚਾਹ ਤਾਂ ਪੀਂਦੇ ਨੀ ਜੀ, ਰਾਮੀ ਪੀਂਦੇ ਆ। ਅੱਛਾ ਅੱਛਾ ਅੱਛਾ, ਫਿਰ ਰਿਸ਼ਤਾ ਪੱਕਾ ਸਮਝਾ। ਲੈ ਫੁੱਫੜ ਦਾ ਕਹਿਤਾ ਜੀ ਮੁੰਡੇ ਨੇ ਤੁਹਾਨੂੰ, ਹੋਰ ਹੁਣ ਰਿਸ਼ਤਾ ਸਮਿੰਟ ਨਾਲ ਪੱਕਾ ਕਰਨਾ। ਤੁਸੀਂ ਐਂ ਕਰੋ, 2000 ਰੁਪਇਆ ਕੱਢੋ ਜੀ। ਕਾਹਦੇ ਵਾਸਤੇ? ਇਹਨੂੰ ਰਮ ਦੀ ਬੋਤਲ ਨਹੀਂ ਪਿਆਉਣੀ? ਇਹ ਬੋਤਲ ਹੀ ਲੈ ਕੇ ਦੇਣੀ ਹੈ ਕਿ ਪੂਰੀ ਪੇਟੀ ਲੈ ਕੇ ਦੇਣੀ ਹੈ? ਨਾਲ ਮੁਰਗਾ ਵੀ ਜੀ, ਗਿਣ ਕੇ ਰੱਖਦੇ ਹੋ ਜੀ? ਹਾਂ। जवान पीछे मुड़ेंगे, पीछे मुड़। तू नहीं मुड़िया पीछे? नहीं, कल्ले जवान नहीं कहना जी। दाएं से तेज चलेंगे, तेज चल। और नीतू, किवें है तेरी जॉब, कोई तकलीफ तो नहीं? नहीं नहीं, बहुत वधिया, सारे बहुत वधिया, दिल लग गया मेरा इत्थे। अच्छा, मैं तो तेनू पहले कहिंदा हुंदा सी, शहरां नालों पिंडां च रहना सौखा, लोग बड़ा प्यार कर दिया इत्थे, हैं? ओ तो ओही मुंडा आंदा माही, मेनू लगदा। हां ओही ने। सस्रीकाल भाई, बैठो। सस्रीकाल जी। और बैठो बैठो, और की हाल चाल आ? बहुत अफसोस है जी कि मेरे करके थोड़ी वर्दी उतर गई। ले छड जा रहे हजियां गल्लां, यारियां से चमड़ी लुआ दे दी है तां वर्दी उतरी आ, छड जा रहे जी, गल नहीं लियाई दी। और भाई किवें आ? असी सोचिया भाई तुहानू सद्दा दे आईए, साडे पिंड मेला लगना है। मेला लगना?
जी। चलो तैयार हाँ फिर। ओ असी अणकी पुत हाँ पंजाबियां दे, साडे खून च परियां दलेरियां ने, साडी अणक ने मामले किन्ने फतेह कीते, ते पईयां दस दियां पैली दियां ढेरियां ने। वखरी पछाण पिलो जगते साडी वखरी, वखरी पछाण पिलो जगते, दुनिया मान कर दी कर दी, दुनिया मान कर दी साडी पगते, दुनिया मान कर दी साडी पगते, दुनिया मान कर दी साडी पगते। बजदे थड़े ते ताश कुटदे रंग बजदे, बजदे थड़े ते ताश कुट देनी बल्लीए पुत जट्टां दे, जट्टां दे मेले अच रहण बुक दे पुत जट्टां दे, मेले अच रहण बुक दे पुत जट्टां दे, मेले अच रहण बुक दे पुत जट्टां दे। सदा चढ़दी कला दी गल कर दे, ओ पाने किन्निया भी औकड़ा पारिया ने, बड़ा मान है जट नू डौलिया ते, असी पापड़े जिया अगा कई ठारिया ने, तू ती बोलदी अपने चन जट दी, तू ती बोलदी बोलदी अपने चन जट दी, दुनिया रा छड़दी छड़दी, बग्गी कौड़ी जावे मित्रां दी थोड़ा पटदी, बग्गी कौड़ी जावे मित्रां दी थोड़ा पटदी, बग्गी कौड़ी जावे मित्रां दी थोड़ा पटदी। ए हा अश्के, ए हा अणखी मर्द दलेर ने कदे भी तौबा करदे ने, ओ तां ढलदे नहीं ओ सूरज वांगू चढ़दे ने, जेकर पै जाए किते मुसीबत अपने यार ते, जेकर पै जाए किते, जेकर पै जाए किते मुसीबत अपने यार ते, ओ तां छाती अड के हथियारा मूरे खड़दे ने। ना जाए क्यों मुझे लटकाई उन्हें, ले खा बिस्कुट। गल वसों बार होई पी है प्रेमो, आपा हुण इहदे नाल होर ज्यादा जोर जबरदस्ती नहीं कर सकते। ओ गल तां दस की होगी, अज फिर उसे मुंडे नूं मिल के आई है, मैनूं लगदा कोई नवा ही चंद चढ़ूगी। सरदारा हुणे खेड अपने हथों खिसक सकदी है, मैनूं तां डर है किते भज ही ना जावे। क्यों टेंशन पाली आ बापू, थान पोती तेरा जिथे सोटी मार दे साला सौ साल घा नहीं उगदा, ये लल्लड़ भजड़ की चीज ने, इदा ता एहो जिहा हल करूं कि तू भी रातां नूं उठ उठ सोचेगा कि बेबे ने पुत की खा के जम्मिया। ਸਤਿ ਸ਼੍ਰੀ ਅਕਾਲ ਜੀ। ਇਹ ਦੂਜੀ ਵੀ ਕਦੇ ਕੋਈ ਸਿੱਧਾ ਕੰਮ ਨਹੀਂ ਕਰਦਾ, ਮੈਂ ਇਹਨੂੰ ਸਿਰੇ ਬੰਨ ਕੇ ਲਿਆਣਾ ਸੀਗਾ, ਇਹ ਚੁੰਨੀ ਚੜਾ ਕੇ ਹੀ ਲਿਆ। ਆਓ ਜੀ ਆਓ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬੈਠੋ ਆ ਜਾਓ। ਹਾਂਜੀ ਬੈਠੋ ਜੀ, ਤੁਸੀਂ ਬੈਠੋ ਜੀ ਬੈਠੋ। ਓਏ ਪਤੰਦਰਾ, ਤੂੰ ਇਹਨੂੰ ਐਹੀ ਕਿਉਂ ਲਿਆ, ਲੋਕੀ ਕੀ ਕਹਿਣਗੇ ਬਈ ਸਾਧੂ ਕੁੜੀ ਭਜਾ ਕੇ ਲਿਆ ਕਰੇ। ਤੁਸੀਂ ਲੋਕਾਂ ਦਾ ਫਿਕਰ ਨਾ ਕਰੋ ਜੀ, ਲੋਕਾਂ ਨੂੰ ਸਭ ਪਤਾ ਜੀ ਵੀ ਤੁਹਾਡੇ ਤੋਂ ਤੁਰਿਆ ਤਾਂ ਜਾਂਦਾ ਨਹੀਂ, ਭਜਾ ਕੇ ਕਿੱਥੇ ਲੈ ਕੇ ਆਉਂਗੇ, ਨਾਲੇ ਇਹ ਭੂਆ ਨਹੀਂ ਹੈਗੀ ਜੀ, ਮੁੰਡੇ ਦੀ ਮਾਸੀ ਹੈ ਜੀ, ਭੂਆ ਵਾਸਤੇ ਆਹ ਘਰ ਬਾਰ ਦੇਖਣਾ ਹੈ ਜੀ ਆਪਣਾ।
अच्छा 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 हाँ जी देखो जी गल बात की दसा थानू ऊ तो रब दा दित्ता सब कुछ है साडे कोल ए साडा छोटा जा परिवार है एक मेरी भतीजी है एक मैं कोई बड़ी कबीलदारी नहीं है मैं क्या जी कुड़ी दे मां प्यो किथे सुख नाल दिखदे नहीं एक कड़ी गल पूछ ली तुसी देखो साडी निम्मो 4 सालां दी सीगी जदों एक सड़क हादसे च मेरा भाई ते भरजाई जानी के एदे मम्मी डैडी दोवें रब नू प्यारे हो गए उस तो बाद मैं ही एदा मां है मैं ही एदा प्यो है एदे पालन पोषण विच मैनू पता ही नहीं लग्या कि व्याह दी उम्र कदों लंघ गई मेरी चाचा हुण तेरी तो उम्र लंघ गई किते निम्मो दी मना लंघा दे मैं क्या जी मुंडे ने किती सियानी गल कीती आ हाना व्याह दी तां उम्र लंघणी नहीं चाहिए व्याह तां टाइम सिर ही होना चाहिए तू कद्दू च कहंदी सी हुण तां भिंडीए लियाती तेरे बापू नूं नहीं तां फिर मेरे मंगू जिम्मेवारियां निभाउंदी निभाउंदी जी छड्ड देखो जी तुसीं ज्यादा ची ची ना करो नहीं मेरा इत्थे जी लग जाणा है थोड़ा तां जी लग गया जी हुण निम्मो दा जी लवाउण वाला भी लियाओ कोई लो जी ਗੱਲਾਂ ਗੱਲਾਂ ਚ ਮੈਂ ਚਾਹ ਪਾਣੀ ਪੁੱਛਣਾ ਭੁੱਲ ਗਿਆ ਚਾਹ ਪਾਣੀ ਦੀ ਕਿਹੜੀ ਗੱਲ ਹੈ ਜੀ ਛੜੇ ਬੰਦੇ ਸਾਹਮਣੇ ਸੋਹਣੀ ਜਨਾਨੀ ਆ ਜੇ ਛੜਾ ਬੰਦਾ ਸਾਹ ਲੈਣਾ ਭੁੱਲ ਜੇ ਹੱਥ ਐ ਕਰ ਲੋ ਜੀ ਮਾਰਨਾ ਅੱਛਾ ਇੱਧਰ ਮੇਰੇ ਪੈਰੇ ਓ ਮਾਹੀ ਆਓ ਦੇਖੋ ਸਾਧੂ ਚੜਾ ਕਿਵੇਂ ਚੌੜਾ ਹੋ ਕੇ ਤੁਰ ਕੇ ਆਉਂਦਾ ਜਿਹੜੇ ਹਿਸਾਬ ਨਾਲ ਤੁਰਿਆ ਆਉਂਦਾ ਮੈਨੂੰ ਤਾਂ ਲੱਗਦਾ ਚੀਕਾਂ ਪਈਆਂ ਇਹਦੇ ਸਤਿ ਸ਼੍ਰੀ ਅਕਾਲ ਚਾਚਾ ਜੀ ਸਤਿ ਸ਼੍ਰੀ ਅਕਾਲ ਆ ਜਾ ਚਾਚਾ ਬਹਿ ਜਾ ਸੁਣਾ ਕੋਈ ਦੁੱਖ ਸੁੱਖ ਦੀ ਗੱਲ ਨਾਲੇ ਹੋਈ ਕੋਈ ਪੱਕ ਠੱਕ ਕੇ ਨਹੀਂ ਦੇਖੋ ਵੀਰੇ ਖੱਪ ਤਾਂ ਨਾ ਪਾਇਓ ਗੱਲ ਸਿਰਫ ਤੁਹਾਨੂੰ ਹੀ ਦੱਸਣ ਲੱਗਿਆ ਹੈ ਗੱਲ ਤਾਂ ਜਮਾ ਇੱਟ ਵਰਗੀ ਪੱਕੀ ਹੋ ਗਈ ਹੈ ਕੁੜੀ ਦਾ ਮਾਮਾ ਵੀ ਮੈਨੂੰ ਦੇਖ ਗਿਆ ਤੇ ਉਹਦੀ ਮਾਸੀ ਵੀ ਮੈਨੂੰ ਪਸੰਦ ਕਰ ਗਈ ਹੈ ਅੱਛਾ ਤੁਸੀਂ ਵੀ ਸਵਾਲ ਹੁਣ ਨਵੇਂ ਕੋਟ ਪੈਂਟ ਇਹਦਾ ਮਤਲਬ ਹੁਣ ਗਰਮੀਆਂ ਸਾਡੇ ਕੋਟ ਪੈਂਟ ਪਵਾਓਗੇ ਤੁਸੀਂ ਓਏ ਛੋਟੇ ਵੀਰ ਇਹ ਸਾਧੂ ਸਿੰਘ ਦਾ ਵਿਆਹ ਹੈ ਕੋਈ ਲੰਡੀ ਬੁੱਚੀ ਦਾ ਵਿਆਹ ਹੈ ਕੋਈ ਹਾਂ ਬਰਾਤੀ ਹੈ ਉਹੀ ਨਾਲ ਲੈ ਕੇ ਜਾਣਾ ਹੈ ਜਿਹਦੇ ਕੋਲ ਆਪਣਾ ਆਪਣਾ ਕੋਟ ਪੈਂਟ ਹੋਵੇ ਹਾਂ ਤੇ ਲੰਬੜਾਂ ਦਾ ਜਾਗਰ ਵੀ ਜਾਊ ਵਿਆਹ ਉਹਨੇ ਨਹੀਂ ਲੈ ਕੇ ਜਾਣਾ ਬੇਸ਼ੱਕ ਉਹਦੇ ਕੋਲ ਕੋਟ ਪੈਂਟ ਹੈ ਪਰ ਉਹ ਕਿਲੋ ਪਕੌੜੇ ਤੇ ਥਾਲ ਜਲੇਬੀਆਂ ਦਾ ਖਾ ਜਾਂਦਾ ਇਹੋ ਜਿਹੇ ਭੁੱਖੜ ਨੂੰ ਨਹੀਂ ਲੈ ਕੇ ਜਾਣਾ ਮੈਂ ਤੇ ਨਾਜ਼ਰ ਨੂੰ ਨਾਜ਼ਰ ਵੀ ਨਹੀਂ ਜਾਓ ਉਹਦੇ ਕੋਲ ਆਪਣੀ ਗੱਡੀ ਨਹੀਂ ਹੈ ਯਾਰ ਉਹ ਕੀ ਨਾਂ ਸੀ ਤੇਰੇ ਬੇਲੀ ਦਾ ਜਿਹੜਾ ਭੰਗੜਾ ਬਹੁਤ ਸੋਹਣਾ ਪਾਉਂਦਾ ਯਾਰ ਮਲਕੀਤ ਦੀ ਗੱਲ ਕਰਦਾ ਹਾਂ ਹਾਂ ਮਲਕੀਤ ਉਹਨੂੰ ਜ਼ਰੂਰ ਨਾਲ ਲੈ ਕੇ ਜਾਣਾ ਉਹ ਨਾ 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 ਕਿਉਂ ਦੇਖੋ ਨੱਚਣ ਟੱਪਣ ਵਾਲਿਆਂ ਨੂੰ ਤਾਂ ਬਿਲਕੁਲ ਨਹੀਂ ਲੈ ਕੇ ਜਾਣਾ ਗੱਲ ਸੁਣ ਲਓ ਮੇਰੀ ਧਿਆਨ ਨਾਲ ਬਰਾਤ ਵਿੱਚ ਗਿਣੇ ਚੁਣੇ ਜੇ ਬੰਦੇ ਜਾਣਗੇ ਜਿਨ੍ਹਾਂ ਕੋਲ ਆਪਣੀਆਂ ਆਪਣੀਆਂ ਗੱਡੀਆਂ ਹੋਣ ਕੋਟ ਪੈਂਟ ਪਾਉਂਦੇ ਹੋਣ ਦਾਰੂ ਨਾ ਪੀਂਦੇ ਹੋਣ ਨਾ ਹੀ ਖਪਖਾਨਾ ਪਾਉਂਦੇ ਹੋਣ ਬਸ ਉਹ ਚਾਚਾ ਮੈਨੂੰ ਤਾਂ ਤੇਰੀ ਸਮਝ ਨਹੀਂ ਆਉਂਦੀ ਨਾ ਬਰਾਤ ਚ ਖਾਣ ਪੀਣ ਵਾਲੇ ਲੈ ਕੇ ਜਾਣੇ ਆ ਨਾ ਨੱਚਣ ਟੱਪਣ ਵਾਲੇ ਲੈ ਕੇ ਜਾਣੇ ਆ ਤੇ ਫਿਰ ਮੈਨੂੰ ਐਂ ਦੱਸ ਵੀ ਵਿਆਹ ਤੇ ਚੱਲੇ ਆ ਕਿ ਆਪਾਂ ਉੱਥੇ ਮਰਗ ਦੇ ਭੋਗਤੇ ਉਹ ਚਾਚਾ ਮੈਨੂੰ ਵੀ ਲੈ ਜੀ ਬਰਾਤ ਚ ਤੇਰਾ ਸਰਵਾਲਾ ਬਣ ਜੂ ਉਹ ਨਾ ਨਾ ਛੋਟੇ ਵੀਰ ਸਰਵਾਲੇ ਵਾਲੀ ਗੱਲ ਜਮਾ ਹੀ ਝੂਠ ਹੈ ਨਾ ਘੋੜੀ ਤੇ ਭਾਰ ਪਾਣਾ ਵਾਧੂ ਦਾ ਨਾ ਘੋੜੀ ਵਾਲਿਆਂ ਤੇ ਵਿਆਹ ਕਰਨਾ ਗੱਜ ਬੱਜ ਕੇ ਇਹਨੂੰ ਦੇਖ ਕੇ ਕਦੇ ਲੱਗਦਾ ਨਹੀਂ ਵੀ ਤੁਹਾਡਾ ਹੀ ਮੁੰਡਾ ਵਿਆਹ ਵਿਊ ਕਰੋ ਮੁੰਡੇ ਦਾ ਉਮਰ ਲੰਘੀ ਜਾਂਦੀ ਹੈ ਰਿਸ਼ਤੇ ਤਾਂ ਬਹੁਤ ਆਏ ਆ ਪਰ ਇਹਦੀ ਸ਼ਕਲ ਦੇਖ ਕੇ ਕੋਈ ਲੱਤ ਨਹੀਂ ਲਾਉਂਦਾ ਅੱਛਾ ਮੈਂ ਲੱਤ ਲਵਾ ਸਕਦਾ ਕਿਵੇਂ ਮੈਂ ਆਪਣੀ ਭੈਣ ਦਾ ਵਿਆਹ ਇਹਦੇ ਨਾਲ ਕਰਾ ਦੂੰ ਅੱਛਾ ਉਹ ਕਿਵੇਂ ਪਰ ਮੇਰੀ ਇੱਕ ਸ਼ਰਤ ਹੈ ਸ਼ਰਤ ਮੇਰੀ ਭੈਣ ਦੇ ਨੌਂ ਦੀ ਸਾਰੀ ਜ਼ਮੀਨ ਮੇਰੀ ਤੇ ਕੁੜੀ ਤੁਹਾਡੀ ਨੌਂ ਮਨਜ਼ੂਰ ਹੈ ਜੇ ਗੱਲ ਸਾਹਿਬ ਦੀ ਮਨਜ਼ੂਰੀ ਹੋਵੇ ਤਾਂ ਠੀਕ ਆ ਬਾਈ ਜਿਵੇਂ ਤੈਨੂੰ ਮਨਜ਼ੂਰ ਦੇਖੋ ਗੱਲ ਸਾਹਿਬ ਮੈਂ ਤਾਂ ਖੁਦ ਤੁਹਾਡੇ ਜਿਹੇ ਚੰਗੇ ਬੰਦਿਆਂ ਨਾਲ ਦਿਲੋਂ ਜੁੜਨਾ ਚਾਹੁੰਦਾ
चौधरी साहब दियो फिर इजाजत। ठीक है जी। ते तू तेल तू ला सर नू बाल बोलोगा। डैडी जी कर दो मेरा भी हुण पक्का लाज। साला पक्के लाज दा। तू एक बार व्याह ता होण दे फिर वेखते हैं जमीन की दी है। जिहड़ा सप तेरी हिक ते मिलदा सी ना बेबे ओ मैं मार लिया। मैं कमल दा व्याह गुजर दे मुंडे नाल पक्का करया आ। मेरे ता मिलनो ता ही अटू जे गुजर दे मुंडे दी जन टुकू। जदों कमल दा रिश्ता ही पक्का हो गया बरात पिछे रह जूगी। तू भी ना काली पै जानी है ठंडा करके खाया कर। मेरे ता कालजे उदे ही ठंड पऊ जदों ये कलौनी घरों निकलू। जौना हराम कीता कड़वी ने। ओ तू छड़ बेबे तू ता स्वाद लै। हुण 80 किल्यां दे सरदार कल्ले ही कहवांगे। जे भोर भोर भी खाइए ना तो मुकदे नहीं। लल्लू करे कवलिया रब सिद्धियां पावे। लै पुत फिर खा लड्डू। कौन पुछदा तियां दे हाल नू मामा तुर जान जग तों जे जिंदे मेरी। कमल तू इस वेले इत्थे। माही जो तू जिंदगी भर साथ निभाने दा वादा कीता सी हुण पूरा कर। मैं तेरी आ तेरी रहांगी। की हो गया कमल क्यों इस तरह दी गल्लां करदी है। माही इस तो पहला कि कमल दी डोली कोई होर लै जावे चल आपां घरों पर चलदे आ। मेरे मापिया ने मेरा रिश्ता किते होर तय करता। इज्जतदार घरां दीआं धीआं नूं इह गल्लां शोभा नहीं देंदियां। धीआं अपने मापिया दे घरों ही विदा हुंदियां ने। पर मैं मजबूर हां अंकल। घरों भज जाना भी समाज दीआं कदरां कीमतां दे खिलाफ हुंदा है कमल। मैं तेरी मजबूरी समझदा कमल पर मैं तेरे नाल वादा करदा कि मैं तेनू तेरे घरों ही लेके जाऊंगा। चल तेनू घरे छड़ के आवां। आ जा। तेरी तो मैं कमाल दा बंदा है यार। मैं इनू घरे वापस लैके आया तो तू मेरे ते बंदूक तानी जाना। असीं एक दूजे नू प्यार करदे आ। जिद्दे नू लैके जाऊंगा ना पूरी इज्जत नाल लैके जाऊंगा। देख पुत जे इनू कुछ हो गया तो पंगा पै जू। मैं कोई ब्याह बनाउनी आ। देखती है इस वेले चोरी छुपे मिलना चंगा नहीं। तू चिंता क्यों करदी है। असी तेरा ब्याह माही नाल ही करांगे। पर धीए घर परिवार बारे भी तो पता करना जरूरी है। मैं सहमत हां जी थोड़ी गल नाल। सहमति तो ठीक है पर ये तो दस भई कौन है कित्थों आया की करदा है। एवें थोड़े ना चक्के कुड़ी तेरे हवाले कर दांगे। मैं किसी ऐरे गैरे खानदान का मुंडा नहीं हाँ। चंडीगढ़ साड़ी कोठी है। मेरे ते मेरे खानदान बारे जी तो मर्जी पता कर ली। चंडीगढ़ देखते हैं। ख्याल रखियो मां जी एदा। आजा। कुड़ियां दा गहना तो उन्हां दी इज्जत आबरू हुंदी है धीए। मैं तो यही चाहना कि छेती तो छेती तेरे हाथ पीले करता। ए देखी ए तेरे बहुत ही सोहना लगो। सत श्री अकाल जी। चाचा किमे टूमा जी खंडाई बैठे कितने गहने तो नहीं धरन चलिया। ओ तेरी ओ पतंदरा जे शकल चंगी नहीं तो गल तो चंगी करया कर। हां जी ए दस्यो ओह दिन तरीक पक्की होगी थोड़ी। मैं कह जी तरीक भी पक्की हो जूगी। पहला जेड़ी अपनिया सिर पईया जिम्मेवारियां उन्ना बारे तो सोचिए आपा। की मतलब है थोड़ा। ले हुण मतलब भी मैं समझावा। मैं क्या जी कुड़ी अपने घरे जवान बैठी है तोरन बारे सोचो।
ਇਹ ਗੱਲ ਤਾਂ ਮੈਂ ਵੀ ਹਮੇਸ਼ਾ ਸੋਚਦਾ ਰਹਿੰਦਾ ਕਿ ਇਸ ਜ਼ਿੰਮੇਵਾਰੀ ਨੂੰ ਛੇਤੀ ਤੋਂ ਛੇਤੀ ਨਿਭਾਵਾਂ ਪਰ ਕੋਈ ਚੰਗਾ ਮੁੰਡਾ ਮਿਲੇ ਤਾਂ ਹੈ ਨਾ ਲੈ ਚੰਗਾ ਮੁੰਡਾ ਤਾਂ ਤੁਹਾਡੇ ਅੱਖਾਂ ਮੂਹਰੇ ਬੈਠਾ ਸਾਹਮਣੇ ਬੈਠਾ ਤਾਂ ਹੈ ਦੇਖੋ ਤਾਂ ਸਹੀ ਕਿਹੜਾ ਆਹਾ ਲੈ ਦੇਖੋ ਕਿੰਨਾ ਸੁਨੱਖਾ ਇਹ ਇਹ ਮੁੰਡਾ ਹੈ ਇਹ ਤਾਂ ਦੋਜੀ ਹੈ ਦੋਜੀ ਕਿਹੜਾ ਸਿਮੈਂਟ ਦਾ ਬਣਿਆ ਹੋਇਆ ਜੀ ਇੱਕ ਗੱਲ ਯਾਦ ਰੱਖਿਓ ਚਾਚਾ ਜੀ ਤੁਹਾਡੀ ਧੀ ਨੂੰ ਜਿੰਨਾ ਮੈਂ ਖੁਸ਼ ਰੱਖ ਸਕਦਾ ਕੋਈ ਨੀ ਰੱਖ ਸਕਦਾ ਪੂਰੇ ਦੁੱਧ ਮੱਖਣਾਂ ਦੇ ਵਿੱਚ ਖੇਡੂਗੀ ਹਾਂਜੀ ਰੈਡੀ ਜੀ ਮੈਂ ਇਹਨਾਂ ਨਾਲ ਬਹੁਤ ਖੁਸ਼ ਰਹੂੰਗੀ ਲੈ ਜੇ ਜਵਾਕ ਖੁਸ਼ ਨੇ ਆਪਾਂ ਹੋਰ ਕੀ ਲੈਣਾ ਕਰੋ ਡਬਲ ਖੁਸ਼ੀਆਂ ਦਿਓ ਹੱਥ ਫੜਾਓ ਇਹਨਾਂ ਨੂੰ ਲਓ ਲਓ ਪੁੱਤ ਫੜੋ ਇਧਰਲਾ ਨੇੜੇ ਪੈਂਦਾ ਸੀਗਾ ਜੀ ਚਲੋ ਮੁਬਾਰਕਾਂ ਜੀ ਮੈਂ ਤੁਹਾਡੇ ਵਾਸਤੇ ਚਾਹ ਬਣਾਉਂਦਾ ਡੈਡੀ ਜੀ ਮੇਰੇ ਵਾਸਤੇ ਦੁੱਧ ਚ ਪੱਤੀ ਪਾ ਲਿਆਇਓ ਉਹ ਮੂਰਖਾ ਦੁੱਧ ਚ ਪੱਤੀ ਪਾਈ ਹੈ ਹੋਰ ਕਿਹੜੀ ਦੁੱਧ ਪੱਤੀ ਭਾਲਦਾ ਹੈ ਤੂੰ ਮੇਰੀ ਗੱਲ ਸੁਣੋ ਜੀ ਚਾਹ ਨਾ ਮੈਂ ਬਣਾਉਂਦੀ ਹਾਂ ਚੁੱਲ੍ਹੇ ਚੌਂਕੇ ਚ ਤਾਂ ਔਰਤਾਂ ਹੀ ਵਧੀਆ ਲੱਗਦੀਆਂ ਚਾਹ ਬਣਾਉਂਦੀਆਂ ਅੱਜ ਤਾਂ ਤੂੰ ਬਣਾ ਦੇਂਗੀ ਪਰ ਤੀਹ ਤੋਰਨ ਤੋਂ ਬਾਅਦ ਸਾਰੀ ਉਮਰ ਹੱਥ ਤਾਂ ਮੈਂ ਹੀ ਲੂਣੇ ਹੈ ਮੈਂ ਕਿਹਾ ਜੀ ਤੁਸੀਂ ਹੁਕਮ ਤਾਂ ਕਰੋ ਮੈਂ ਤਾਂ ਸਾਰੀ ਉਮਰ ਚਾਹ ਬਣਾਉਣ ਵਾਸਤੇ ਤਿਆਰ ਹਾਂ ਬਸ ਚਾਹ ਹੀ ਬਣਾਇਆ ਕਰੇਂਗੀ ਕਿ ਸਾਰਾ ਕੰਮ ਕਰਿਆ ਕਰੇਂਗੀ ਹੋਰ ਕਾਕਾ ਭਜਨ ਸਿੰਘ ਹੋਰੀ ਸਭ ਠੀਕ ਨੇ ਸਾਰੇ ਬਹੁਤ ਵਧੀਆ ਨੇ ਜੀ ਸਭ ਠੀਕ ਠਾਕ ਹੈ ਅੱਜ ਕਿਵੇਂ ਅਚਾਨਕ ਆਉਣਾ ਹੋਇਆ ਦੇਖੋ ਮਾਂ ਜੀ ਮੈਨੂੰ ਘੁਮਾ ਫਿਰਾ ਕੇ ਗੱਲ ਕਰਨ ਦੀ ਆਦਤ ਨਹੀਂ ਹਨਾ ਮੈਨੂੰ ਪਤਾ ਲੱਗਾ ਸੀ ਕਿ ਤੁਸੀਂ ਆਪਣੇ ਮੁੰਡੇ ਲਈ ਕੁੜੀ ਲੱਭ ਰਹੇ ਹੋ ਬਿਲਕੁਲ ਤੇ ਬਸ ਮੇਰੀ ਵੀ ਇੱਕ ਭੈਣ ਹੈ ਅੱਛਾ ਇੱਕ ਮਿੰਟ ਹਾਂ ਗੋਲੂ ਉਹਨਾਂ ਨੂੰ ਕਿਹਾ ਸੀ ਕਿੱਲਿਆਂ ਦਾ ਸਰਦਾਰ ਹੈ ਕੋਈ ਸੜਕ ਤੁਰਦਾ ਆਦਮੀ ਥੋੜ੍ਹੀ ਹੈ ਹਰ ਗੱਲ ਸੰਭਲ ਕੇ ਕਰਿਆ ਕਰੋ ਚੰਗਾ ਹਾਂ ਰੱਖ ਰੱਖ ਹਾਂ ਕਾਕਾ ਆਪਣੀ ਭੈਣ ਬਾਰੇ ਗੱਲ ਕਰ ਰਿਹਾ ਸੀ ਦੇਖੋ ਮਾਂ ਜੀ ਮੇਰੀ ਇੱਕੋ ਇੱਕ ਭੈਣ ਹੈ ਤੇ ਮੈਂ ਉਹਦਾ ਰਿਸ਼ਤਾ ਪੱਕਾ ਕਰ ਚੁੱਕਾ ਮੇਰੀ ਹੱਥ ਜੋੜ ਕੇ ਬੇਨਤੀ ਹੈ ਤੁਸੀਂ ਆਪਣੇ ਮੁੰਡੇ ਨੂੰ ਸਮਝਾਓ ਉਹ ਮੇਰੀ ਭੈਣ ਮਗਰ ਹੱਥ ਧੋ ਕੇ ਪਿਆ ਹੋਇਆ ਉਹਨੂੰ ਆਪਣੀਆਂ ਚਾਲਾਂ ਚ ਫਸਾਈ ਜਾਂਦਾ ਮੈਂ ਉਹਨੂੰ ਬਥੇਰਾ ਸਮਝਾਇਆ ਪਰ ਉਹ ਹਟਦਾ ਨਹੀਂ ਕਿਤੇ ਐਉਂ ਨਾ ਹੋਵੇ ਬਈ ਮੁੰਡੇ ਦਾ ਸਿਹਰਾ ਖਰੀਦੇ ਖਰੀਦੇ ਉਹਦਾ ਕੱਫਣ ਖਰੀਦ ਲੈ ਇਹ ਕੀ ਕਹਿ ਰਹੇ ਆਪਣੇ ਮੁੰਡੇ ਨੂੰ ਸਮਝਾਓ ਮੇਰੀ ਭੈਣ ਤੋਂ ਦੂਰ ਰਹੇ ਨਹੀਂ ਤਾਂ ਉਹਦੀ ਲਾਸ਼ ਆਏਗੀ ਇੱਕ ਗੱਲ ਯਾਦ ਰੱਖੀ ਮੇਰੀ ਕਿਤੇ ਐਉਂ ਨਾ ਹੋਵੇ ਬਈ ਜਵਾਨੀ ਚੜੀ ਹੋ ਗਈ ਸੀ ਤੇ ਬੁਢਾਪੇ ਚ ਬੇਔਲਾਦ ਹੋ ਜਾਏ ਬਾਕੀ ਬਹੁਤੀਆਂ ਗੱਲਾਂ ਕਰਨ ਦੀ ਆਦਤ ਨਹੀਂ ਚਾਹ ਚ ਮਿੱਠਾ ਘੱਟ ਰੱਖਿਆ ਕਰੋ ਮੈਂ ਅੱਜ ਹੀ ਮਾਹੀ ਨੂੰ ਵਾਪਸ ਲੈ ਕੇ ਆਉਂਦੀ ਹਾਂ ਹੋਰ ਭੈਣ ਜੀ ਅਚਾਨਕ ਕਿਵੇਂ ਆਉਣਾ ਹੋਇਆ ਖੈਰ ਸੁੱਖ ਤਾਂ ਹੈ ਜੇ ਖੈਰ ਸੁੱਖ ਹੁੰਦੀ ਤੇ ਅਚਾਨਕ ਕਿਉਂ ਆਉਂਦੀ ਕੀ ਗੱਲ ਹੋ ਗਈ ਭੈਣ ਜੀ ਗੱਲ ਸਮਝ ਨਹੀਂ ਲੱਗੀ ਮੈਨੂੰ ਭਾਈ ਸਾਹਿਬ ਮਾਹੀ ਨੇ ਪਿੰਡ ਵਿੱਚ ਕੀ ਕੀਤਾ ਤੁਸੀਂ ਸਭ ਜਾਣਦੇ ਹੋ ਪਰ ਸਰਦਾਰੇ ਕਾ ਪਰਿਵਾਰ ਪਤਾ ਨਹੀਂ ਕਿਉਂ ਹੰਕਾਰਿਆ ਪਿਆ ਮਾਂ ਤੂੰ ਫਿਕਰ ਨਾ ਕਰ ਇਹਦੇ ਤੇ ਚੱਲਣ ਵਾਲੀ ਗੋਲੀ ਪਹਿਲਾਂ ਮੇਰੀ ਹਿੱਕ ਚ ਵੱਜੂ ਨਾ ਪੁੱਤ ਨਾ ਐਵੇਂ ਨਹੀਂ ਕਹਿਣਾ ਮਾਹੀ ਤੂੰ ਪੁੱਤ ਪਿੰਡ ਚ ਰਹਿ ਕੇ ਐਵੇਂ ਵੈਰ ਮੁੱਲ ਲੈ ਰਿਹਾ ਇਸ ਤੋਂ ਪਹਿਲਾਂ ਕੋਈ ਹੋਰ ਕਾਰਾ ਕਰੇ ਮੇਰੇ ਨਾਲ ਚੱਲ ਉਹ ਮਾਂ ਮੈਂ ਕੋਈ ਗਲਤ ਕੰਮ ਨਹੀਂ ਕੀਤਾ ਮੈਂ ਤਾਂ ਕਮਲ ਨੂੰ ਉਸ ਨਰਕ ਭਰੀ ਜ਼ਿੰਦਗੀ ਚੋਂ ਬਾਹਰ ਕੱਢਣਾ ਬਸ ਤੇਰੇ ਲਈ ਮਾਂ ਦਾ ਪਿਆਰ ਵੱਡਾ ਜਾਂ ਕਮਲ ਦਾ ਪੁੱਤ ਕਿੰਨਾ ਵੀ ਵੱਡਾ ਕਿਉਂ ਨਾ ਹੋ ਜੇ ਉਹਦਾ ਸਿਰ ਤਾਂ ਮਾਂ ਦੇ ਚਰਨਾਂ 'ਚ ਹੀ ਹੁੰਦਾ ਜੋ ਤੂੰ ਹੁਕਮ ਲਾਏਂਗੀ ਸਿਰ ਮੱਥੇ ਜੇ ਤੇਰੇ ਲਈ ਮਾਂ ਦਾ ਪਿਆਰ ਵੱਡਾ ਤੇ ਮਾਂ ਦੇ ਕਦਮਾਂ ਤੇ ਕਦਮ ਰੱਖ ਕੇ ਤੁਰ ਚੱਲ ਮੇਰੇ ਮਗਰ ਮਾਹੀ ਮਾਂ ਨੂੰ ਜਵਾਬ ਦੇਣਾ ਰੱਬ ਨੂੰ ਮੋੜਨ ਦੇ ਬਰਾਬਰ ਹੁੰਦਾ ਹੈ ਤੂੰ ਇੱਕ ਵਾਰੀ ਮਾਂ ਦੇ ਨਾਲ ਚਲਾ ਜਾ ਹਾਂ
इश्क दा रोग अवलड़ा हुंदा जेड़ा ज्यौंदियां मार मुकावे दर दर दियां ओह खांदा ठोकरां जीनू ए भैड़ा लग जावे असी सुकियां रुखां दे उत्ते हाए असी सुकियां रुखां दे उत्ते आलने यारा उड़ गए हवा च कीने पालने यारा उड़ गए हवा च कीने पालने यारा असी सुकियां रुखां दे उत्ते हो जवानी तेरे नाम कर दिती वे मैं अपनी जवानी दिन प्यार बिना होर हो दिन प्यार बिना होर किन्ने टालने यारा उड़ गए हवा च कीने पालने यारा उठ गए हवा चिकने पालने यारा असी सुकियां रुखां दे उत्ते हो इश्क तूफाना सानू देना जड़ों पुट एथे ना ही रहने आलने ते ना ही रहने रुख एथे ना ही रहने आलने ते ना ही रहने रुख दीवे बगदी हवा च हो दीवे बगदी हवा च कीने उड़ गए हवा च कीने पालने यारा उड़ गए हवा च कीने पालने यारा असी सुकियां रुखां दे उत्ते हो हाए ਸਾਡੀ ਇੱਜ਼ਤ ਗਲੀਆਂ ਚ ਰੌਲ ਕੇ ਤੈਨੂੰ ਭੋਰਾ ਸ਼ਰਮ ਨਹੀਂ ਆਈ ਦੇਖ ਪੁੱਤ ਤੇਰੇ ਕਹਿਣ ਤੇ ਅਸੀਂ ਉਸ ਮੁੰਡੇ ਦੀ ਮਾਂ ਨਾਲ ਤੇਰੇ ਵਿਆਹ ਦੀ ਗੱਲ ਕੀਤੀ ਸੀ ਪਰ ਉਹ ਅੱਧ ਵਿਚਾਲੇ ਛੱਡ ਕੇ ਚਲਾ ਗਿਆ ਇਹਦੇ ਵਿੱਚ ਸਾਡਾ ਕੀ ਕਸੂਰ ਹੈ ਉਹ ਸ਼ੁਕਰ ਕਰ ਹਾਲੇ ਤੇਰਾ ਵਿਆਹ ਨਹੀਂ ਸੀ ਹੋਇਆ ਜੇ ਤੇਰੇ ਵਿਆਹ ਤੋਂ ਬਾਅਦ ਤੈਨੂੰ ਛੱਡ ਕੇ ਚਲਿਆ ਜਾਂਦਾ ਫਿਰ ਤਾਂ ਅਸੀਂ ਜਮੇ ਪੱਟੇ ਗਏ ਸੀ ਧੀਏ ਜੇ ਸਾਡੀ ਸਕੀ ਧੀ ਹੁੰਦੀ ਸਾਨੂੰ ਇਹ ਦਿਨ ਦੇਖਣੇ ਨਸੀਬ ਨਾ ਹੁੰਦੇ ਧੀਏ ਮੈਂ ਇਹ ਚੁੰਨੀ ਤੇਰੇ ਪੈਰਾਂ 'ਚ ਰੱਖਦੀ ਹਾਂ ਭਾਵੇਂ ਪੈਰਾਂ 'ਚ ਰੋਲ ਦੇ ਜਾਂ ਸਿਰ 'ਤੇ ਰੱਖ ਦੇ ਜੇ ਇਹ ਗੱਲ ਹੈ ਨਾ ਮਾਂ ਤੇ ਮੈਂ ਤੁਹਾਡੀ ਇੱਜ਼ਤ ਪੈਰਾਂ 'ਚ ਨਹੀਂ ਰੁਲਣ ਦੇਣੀ ਤੁਹਾਡੀ ਇੱਜ਼ਤ ਤੁਹਾਡੇ ਸਿਰ 'ਤੇ ਹੀ ਰਹੇਗੀ
मैनू माफ कर दे वीरे। मां बाप की इज्जत अपने पैरों च रोलन वाली धियां नू माफी नहीं, मौत मिलती है। मौत, 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 मौत। नहीं नहीं मैं इदा नहीं होन देवांगी। कमल 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 की होया, रो क्यों रही है? मैं तेरे अगे हाथ जोड़ दिया, मैंने जहर दी शीशी लिया दे। इंच क्यों आख रही है? हाँ मैं सच आख दिया, मैं नहीं जीना चाहती, मैं मरना चाहती हूँ। चुप कर, जिंदगी तो तंग आ चुकी है। मैं तेरे दिल दियां जानती हूँ, मैनू पूरा भरोसा है कि माही जरूर आएगा। ओ मैनू छड़ के जा चुका है, बस तू मैनू जहर लिया दे। दिल होला ना कर, हौसला रख, तेरी डोली माही नाल ही तुरू। मेरी डोली किधर नाल जाएगी किधर नाल नहीं जाएगी, ऐ तो आने वाला वक्त ही दसूगा। हौलदार साहब तुहानू किसे गल दा पता? ओ केड़ी गल? मेरा 34 तरीक नू व्याह पक्का हो गया, नाले लीड़े लूड़े संभालियो। ओ गल सुनो जबले आ जा, पहले नंबर ते ओ हौलदार ने डीएसपी है, दूजे नंबर ते 34 तरीक कोई नहीं हुंदी। ओ डैडी जी 34 तरीक होवे चाहे ना होवे पर मेरा ता हुंदा ना पक्का इलाज। ओ जा यार तू अंदर जा, तेरा मैं एक मिनट च पक्का इलाज कर दूं, करदा की साला कमला जिया, चल अंदर। नजरा कमला जिया केड़े व्याह दी गल करदा? ओ कादा यार, लखा अपनी भैन दा रिश्ता पक्का करके गया इहदे नाल। अच्छा उदों दा रौला पाई जांदा, घाटे दा सौदा तां लखा भी नहीं करदा। मैनूं कोई चाल लगदी है उहदी। चाल कोई भी होवे डिप्टी साहब, पर नाजर अपनी बाजी मार ही लैंदा है। अच्छा कोई बोले। सत श्री अकाल जी। सत श्री अकाल भाजी। सत श्री अकाल। आओ भाजी आओ। सत श्री अकाल भाजी। सत श्री अकाल भाई जी। सत श्री अकाल जी। ठीक है लो 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 छको छको चको भी चको लो पियो खाओ पुत तुसी भी। भैन जी इंतजाम बहुत वधिया कीता तुसी। बाद खा लांगे। फिक्र ना कर, बचाले साथ नहीं छड़दा। जट्टां दीआं दो ही चीज़ां मशहूर है, एक यारी एक सरदारी। एक सरदारी एक सरदारी एक सरदारी। ओए आके दी हिम्मत पै गई ओए, नाजर सिंह दा राह रोकण दी कीदी मौत बाजा मार दी आ। थोड़ा बाप इत्थे खड़ा ओए, बोले सो निहाल। ओ डैडी जी सारे भज गए। तू तो मैनू छड़ के चला गया चंद्रिया, पर मैं किसी होर दी नहीं हो सकती। अच्छा रब राखा। असी कानून नू हाथ च लैना नहीं चाहते। कानून मैं भी हाथ च लैना नहीं चाहता नाजरा। शर्म कर बे शर्म, लोकां दीआं धीआं भैणे चकना है। ओ मेरी सोच इन्नी कमीनी नहीं कि मैं किसी दी इज्जत नाल खिलवाड़ करा।
जे कमल नूं ले जाना हुंदा ना तां उसे दिन भजा के लै जांदा जिद्दे ओह घरे भज के मैनूं मिलण आई सी। हथियार रख दिओ, आ जाओ देख लैंदे आ। लैके जाऊंगा जरूर, पर पूरी इज्जत ते मान नाल। जे हुण आई गया तां कुछ खा पी के जाई। ओ मुंडियो, ब्याह वालियां दे घर आया है, सेवा सुवा करो इहदी। बंद करो ये लड़ाई। ओ डैडी जी आ गया। आ चक्को जेब च पाऊ फिर काम आऊगा। लिया मैंने फड़ा, चल पा चल। मैं कानून हाथ से नहीं लिया, नहीं लिया ना, हुण इन्हां हत्थां नाल मैं तेरी धौण भन्नूंगा। थानेदार साहब, मैं कुछ ज्यादा ही लालच में आ गया सी, अज तुहाडी सच्चाई की ताकत का मैनूं पता लग गया, ऐ सानूं माफ कर दिओ जी, माफी मंगो। बड़े फोन करदा सी ना, वर्दी लुआ दूं, आ लुआ दूं, गल सुन ला मेरी। हाँ जी। मेरे वर्दी पाई होवे जां लाई होवे, मैं हमेशा सच्चाई नाल खड़न वाला बंदा। हाँ जी, हाँ जी। फोन कर, फोन साया कर, फोन। आ चक भाई, कमल छेती चल, मही आ गया तेनू लैण ली। बहुत जमीन जमीन करदा सी ना, हुण लै जी जमीन हिक ते धर के। ना पुत ना, मेरे पुत नू ना मारी,
ਮੈਨੂੰ ਕੁਝ ਨਹੀਂ ਚਾਹੀਦਾ, ਮੇਰੇ ਪੁੱਤ ਦੀ ਜਾਨ ਬਖਸ਼ ਦੇ। ਤੂੰ ਤਾਂ ਮਾਂ ਕਹਾਉਣ ਦੇ ਵੀ ਕਾਬਿਲ ਨਹੀਂ, ਪਿੱਛੇ ਹਟ ਜਾ, ਨਹੀਂ ਤਾਂ ਦੋਹੇ ਮਾਂ ਪੁੱਤ ਨੂੰ ਇੱਕੋ ਗੋਲੀ ਚ ਪਰੋ ਦੂੰ। ਪਿੱਛੇ ਹਟ ਮਾਹੀ। ਕਮਲ ਨਹੀਂ ਮਾਹੀ, ਮੇਰੇ ਵੀਰ ਨੂੰ ਗੋਲੀ ਨਾ ਮਾਰੀ। ਕਮਲ ਪਿੱਛੇ ਹਟ ਜਾ। ਦੇਖ ਮਾਹੀ, ਜੇ ਤੂੰ ਮੇਰੇ ਵੀਰ ਨੂੰ ਗੋਲੀ ਮਾਰੀ ਤੇ ਇਹਨੇ ਮਰ ਜਾਣਾ ਤੇ ਤੂੰ ਜੇਲ ਚਲੇ ਜਾਣਾ। ਭਾਵੇਂ ਚੰਗਾ ਭਾਵੇਂ ਮਾੜਾ, ਪਰ ਹੈ ਤਾਂ ਮੇਰਾ ਵੀਰ ਹੀ ਨਾ। ਕਮਲ ਮੈਂ ਤੇਰੇ ਤੇ ਹੋਏ ਜ਼ੁਲਮ ਦਾ ਹਿਸਾਬ ਲੈਣਾ, ਇਸ ਤੋਂ ਪਿੱਛੇ ਹਟ ਜਾ। ਕਮਲ ਇਹ ਸਾਰੀ ਲੜਾਈ ਦੀ ਜੜ ਮੈਂ ਹੀ ਹੈਗੀ ਆ ਨਾ, ਤਾਂ ਮੈਂ ਇਸ ਲੜਾਈ ਦੀ ਜੜ ਨੂੰ ਹੀ ਖਤਮ ਕਰ ਦਿੰਨੀ ਆ। ਤੂੰ ਮਾਰਨਾ ਹੀ ਆ ਤਾਂ ਮੈਨੂੰ ਮਾਰ ਦੇ। ਵੀਰੇ ਮੇਰੇ ਮਰਨ ਤੋਂ ਬਾਅਦ ਮੇਰੀ ਸਾਰੀ ਜਾਇਦਾਦ ਤੈਨੂੰ ਮਿਲ ਜਾਵੇਗੀ। ਮਾਹੀ ਜੇ ਸਾਡਾ ਪਿਆਰ ਸੱਚਾ ਹੋਇਆ ਨਾ ਤੇ ਅਸੀਂ ਅਗਲੇ ਜਨਮ ਚ ਜ਼ਰੂਰ ਮਿਲਾਂਗੇ। ਬੀਜੀ ਮੈਂ ਤੁਹਾਡੇ ਅੱਗੇ ਹੱਥ ਜੋੜਦੀ ਹਾਂ, ਜੇ ਮੇਰੇ ਤੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਮੈਨੂੰ ਮਾਫ ਕਰ ਦਿਓ, ਮਾਫ ਕਰ ਦਿਓ। ਮਾਂ ਜੀ ਮੈਂ ਤੁਹਾਡੇ ਅੱਗੇ ਹੱਥ ਜੋੜਦੀ ਹਾਂ, ਸਾਡੀਆਂ ਖੁਸ਼ੀਆਂ ਤੇ ਅਰਮਾਨਾਂ ਨੂੰ ਸਮਝਿਆ ਜਾਵੇ, ਅਸੀਂ ਆਪਣੇ ਮਾਂ ਪਿਓ ਦੀ ਇੱਜ਼ਤ ਤੇ ਦਾਗ ਨਹੀਂ ਲੱਗਣ ਦੇਵਾਂਗੀਆਂ। ਮਾਹੀ ਮੈਂ ਤੇਰੇ ਅੱਗੇ ਹੱਥ ਜੋੜਦੀ ਹਾਂ, ਤੂੰ ਇੱਥੋਂ ਜਾ। ਸ਼ੁਦਾਈਆਂ ਮੈਂ ਜਿਹੜਾ ਤੇਰੇ ਪਿੱਛੇ ਇੱਥੇ ਲੜ ਰਿਹਾ ਮਰ ਰਿਹਾ। ਰੁਕ ਕਮਲ, ਐਵੇਂ ਕਿਵੇਂ ਚੱਲ ਜਾਏਗਾ? ਕਿਹਾ ਹੀ ਨਾ ਮੈਂ ਵੀ ਵਿਆਹ ਤੇ ਆਇਆ ਤੇ ਕੁਝ ਖਾ ਪੀ ਕੇ ਜਾਈ। ਉਹ ਗੱਲੂ ਮੂੰਹ ਮਿੱਠਾ ਕਰ, ਇਸ ਘਰ ਦਾ ਹੋਣ ਵਾਲਾ ਜਵਾਈ ਹੈ ਇਹ। ਮੈਨੂੰ ਮਾਫ ਕਰੀ ਛੋਟੇ ਵੀਰ, ਮੈਂ ਲਾਲਚ ਚੰਨਾ ਹੋ ਕੇ ਸਭ ਭੁੱਲ ਗਿਆ ਸੀ। ਤੂੰ ਵੀ ਮਾਫ ਕਰੀ ਭੈਣੇ, ਮੈਂ ਤੈਨੂੰ ਸਮਝ ਨਹੀਂ ਸਕਿਆ। ਪਰਮਾਤਮਾ ਤੁਹਾਨੂੰ ਦੋਨਾਂ ਨੂੰ ਖੁਸ਼ ਰੱਖੇ। ਬੇਬੇ ਡੈਡੀ ਜੀ ਉਹਦਾ ਤਾਂ ਪੱਗਾ ਲਾਲ ਹੋ ਗਿਆ, ਹੁਣ ਮੇਰਾ। ਓਏ ਚੁੱਪ ਕਰ ਸਾਲਿਆ, ਅੱਗੇ ਬਤੇਰੀ ਹੋ ਗਈ ਹੈ ਮੇਰੇ ਨਾਲ। ਲਿਆ ਮਾਹੀ ਪਿਸਟਲ, ਮੈਂ ਹੁਣ ਆਪਦਾ ਕੰਮ ਵੀ ਨਿਬੇੜ ਹੀ ਲਵਾਂ। ਉਹ ਗੱਲ ਸੁਣ ਮੇਰੀ, ਤੁਹਾਡਾ ਕੰਮ ਥੋਤੋਂ ਨਹੀਂ ਬਣਨਾ, ਇਹ ਮਸਲਾ ਮੈਂ ਹੀ ਨਿਬੇੜਦਾ। ਚੱਲ ਤੁਰ ਹੁਣ, ਇਹ ਆ ਇੱਥੇ। ਨਾ ਬਾਈ ਐਂ ਦੱਸ ਵੀ ਮੇਰਾ ਕਸੂਰ ਕੀ ਹੈ? ਤੇਰਾ ਕਸੂਰ ਨਹੀਂ ਗਾ, ਰੋਜ਼ ਤੂੰ ਝੂਠ ਬੋਲਦਾ, ਕਦੇ ਟਾਇਰ ਪੈਂਚਰ ਹੋ ਗਿਆ, ਕਦੇ ਮੋਟਰ ਚਲਾਉਣ ਜਾਣਾ, ਕਦੇ ਉਹ ਕਰਦਾ। ਇਹ ਕਰੀਏ ਬਾਈ, ਮਜਬੂਰੀ ਹੈ, ਝੂਠ ਬੋਲਣ ਨੂੰ ਕਿਹਦਾ ਜੀ ਕਰਦਾ। ਅੱਛਾ ਤਾਂ ਅੱਜ ਫਿਰ ਆਪਾਂ ਪੱਕਾ ਇਲਾਜ ਕਰ ਦਿੰਦੇ ਹਾਂ। ਹੁਣ ਜਿਹੜੀ ਤੇਰੀ ਬਿਜਲੀ ਆ, 24 ਘੰਟੇ ਤੇਰੇ ਕੋਲ ਰਹੂਗੀ। ਲਿਆ ਹੋਏ ਸਾਡੀ ਵੱਖਰੀ ਪਛਾਣ ਬਿਲੋ ਜੱਗ ਤੇ, ਸਾਡੀ ਵੱਖਰੀ ਵੱਖਰੀ ਪਛਾਣ ਬਿਲੋ ਜੱਗ ਤੇ, ਦੁਨੀਆ ਮਾਣ ਕਰਦੀ ਕਰਦੀ, ਦੁਨੀਆ ਮਾਣ ਕਰਦੀ ਸਾਡੀ ਪੱਗ ਤੇ, ਦੁਨੀਆ ਮਾਣ ਕਰਦੀ ਸਾਡੀ ਪੱਗ ਤੇ, ਦੁਨੀਆ ਮਾਣ ਕਰਦੀ ਸਾਡੀ ਪੱਗ ਤੇ। ਵੱਜਦੇ ਥੜੇ ਤੇ ਤਾਸ਼ ਕੁੱਟਦੇ ਰੰਗ ਵੱਜਦੇ, ਵੱਜਦੇ ਥੜੇ ਤੇ ਤਾਸ਼ ਕੁੱਟ ਦੇਣੀ ਬੱਲੀਏ ਪੁੱਤ ਜੱਟਾਂ ਦੇ, ਜੱਟਾਂ ਦੇ ਮੇਲੇ ਅੱਜ ਰਹਿਣ ਬੁੱਕਦੇ ਪੁੱਤ ਜੱਟਾਂ ਦੇ, ਮੇਲੇ ਅੱਜ ਰਹਿਣ ਬੁੱਕਦੇ ਪੁੱਤ ਜੱਟਾਂ ਦੇ, ਮੇਲੇ ਅੱਜ ਰਹਿਣ ਬੁੱਕਦੇ ਪੁੱਤ ਜੱਟਾਂ ਦੇ।